ਉਹਨਾਂ ਨੇ ਮਾਂ ਨੂੰ ਕਹਿਣਾ ਵੀ ਜਦੋਂ ਤੂੰ ਦੁੱਧ ਪਿਆਨੀ ਹੈ ਨਾ ਨਾਲ ਮੂਲ ਮੰਤਰ ਦਾ ਪਾਠ ਕਰਨਾ ਉਹਦਾ ਰੀਜ਼ਨ ਇਹ ਹੈ ਵੀ ਜਦੋਂ ਮਾਂ ਕਨਸੈਂਟਰੇਟ ਹੋਏਗੀ ਬੱਚੇ ਨੂੰ ਫੀਡ ਕਰੇਗੀ ਉਹਦੀਆਂ ਵਾਈਬ੍ਰੇਸ਼ਨਸ ਵੀ ਨਾਲ ਦੀ ਨਾਲ ਉਹਦੇ ਚ ਟਰਾਂਸਫਰ ਹੋਣਗੀਆਂ ਜਦੋਂ ਤੁਸੀਂ ਬੱਚੇ ਨੂੰ ਚੁੱਪ ਕਰਾਣਾ ਹੈ ਹੁੰਦਾ ਸਾਡਾ ਮੈਥਡ ਕੀ ਹੈ ਅਸੀਂ ਉਹਨੂੰ ਫੋਨ ਦੇ ਦਿੰਦੇ ਨੇ ਨਾ ਜਾਂ ਟੀਵੀ ਅੱਗੇ ਬਿਠਾ ਦੇਣ ਹਾਂ ਗੁਰਬਾਣੀ ਚ ਮਹਾਰਾਜ ਇਹਨੂੰ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਆਉਤਾਰ ਪੁੱਤ ਜੀ ਨੂਰਾ ਧੀ ਜੀ ਨਿਉਰੀ ਜੋਰੂ ਜਿਨ੍ਹਾਂ ਦਾ ਸਿਕਤਾਰ ਇਹ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ ਐਸੇ ਵਾਤਾਵਰਣ ਦੇ ਵਿੱਚ ਜਿਹੜਾ ਨਾ 네ਗੇਟਿਵ ਵਾਤਾਵਰਣ ਉੱਥੇ ਪੈਦਾ ਹੋਣ ਵਾਲੇ ਜਿਹੜੇ ਬੱਚੇ ਨੇ ਉਹ ਸਮਝੋ ਵੀ ਉਹ ਭੂਤ ਤੇ ਭੂਤ ਨਹੀਂ ਨੇ ਤੇ ਉਹਨਾਂ ਦੀ ਮਾਂ ਜਿਹੜੀ ਆ ਉਹ ਜੋ ਵੀ ਪੁੱਤਾਂ ਦੀ ਸਰਦਾਰ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਜਾ ਵੀ ਜਿਹੜੀ ਮਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਯਾਦ ਨਹੀਂ ਹੁੰਦੀ ਮਹਾਰਾਜ ਕਹਿੰਦੇ ਉਹਨੂੰ ਬਾਂਝ ਕਰਦੇ ਤਾਂ ਕਿ ਉਹਦੇ ਥਰੂ ਕੋਈ ਪੈਦਾ ਹੀ ਨਾ ਹੋਵੇ ਪਰ ਬੱਚਿਆਂ ਨੂੰ ਤੇ ਘਰ ਸਮਝਾ ਰਹੇ ਆਂ ਵੀ ਐਵੇਂ ਬਾਹਰ ਜਾ ਕੇ ਲੋਕਾਂ ਦੇ ਸਾਹਮਣੇ ਨੱਚੀਦਾ ਨਹੀਂ ਹੈਨਾ ਵੀ ਉੱਥੇ ਜਾ ਕੇ दारू ਨਹੀਂ ਪੀਣੀ ਜੀ ਉੱਥੇ ਹਾ ਨਹੀਂ ਖਾਣਾ ਉੱਥੇ ਹਾ ਨਹੀਂ ਕਰਨਾ ਹੁਣ ਜਦੋਂ ਉੱਥੇ ਮਾਹੌਲ ਬਣ ਗਿਆ ਤੁਸੀਂ ਜਾ ਕੇ ਆਪ ਉੱਥੇ ਨੱਚਣ ਲੱਗੇ ਮਹਾਰਾਜ ਇਹਨੂੰ ਐਵੇਂ ਕਹਿੰਦੇ ਨੇ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹਨਾਂ ਪਰ ਜਦੋਂ ਸਾਡੀ ਇੰਟੈਂਸ਼ਨ ਵਾਸਨਾਤਮਕ ਹੈ ਪੇਰੈਂਟਸ ਦੀ ਵਾਸਨਾਤਮਕ ਹੈ ਤਾਂ ਕੁਦਰਤੀ ਤੌਰ ਤੇ ਬੱਚਿਆਂ ਦੀ ਹੋਵੇ ਦੀ ਹੋਵੇ ਦੀ ਬਣੇਗੀ ਬਣੇਗੀ ਹੈਨਾ ਤੇ ਪ੍ਰੋਗਰਾਮ ਤੇ ਅੱਜ ਦੇ ਇਸ ਹਿੱਸੇ ਵਿੱਚ ਸਾਡੀ ਗੱਲਬਾਤ ਹੋਏਗੀ ਜੀ ਡਾਕਟਰ ਦਲਜੀਤ ਸਿੰਘ ਜੀ ਦੇ ਨਾਲ ਡਾਕਟਰ ਦਲਜੀਤ ਸਿੰਘ ਜੀ ਸਿੱਖ ਵਿਦਵਾਨ ਨੇ ਸਿਕਸ ਸਕਾਲਰ ਨੇ ਸਾਡੇ ਤੇ ਅੱਜ ਦੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਬਹੁਤ ਸਾਰੇ ਕਨਸਰਨਸ ਉਹਨਾਂ ਕੋਲ ਵੀ ਆਉਂਦੇ ਨੇ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਦੇ ਨਾਲ ਆਪਣੇ ਸੱਭਿਆਚਾਰ ਨਾਲ ਕਿਵੇਂ ਜੋੜ ਕੇ ਰੱਖ ਸਕਦੇ ਆ ਇਸੇ ਵਿਸ਼ੇ ਤੇ ਅੱਜ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਮੇਰੇ ਨਾਲ ਡਾਕਟਰ ਦਲਜੀਤ ਸਿੰਘ ਜੀ ਇਸ ਵੇਲੇ ਸਟੂਡੀਓ 'ਚ ਸ਼ਾਮਲ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਾਨਾ ਰਿਸ਼ੀ ਜੀ ਥੈਂਕ ਯੂ ਵੈਰੀ ਮਚ ਤੇ ਧਰਮ ਸਾਨੂੰ ਜੋੜ ਕੇ ਰੱਖਣ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਰਿਹਾ ਹੁਣ ਤੱਕ ਸਾਂਝੀ ਵਾਲਤਾ ਦਾ ਸੁਨੇਹਾ ਸਾਰਿਆਂ ਨੂੰ ਇੱਕ ਸਮਝਣ ਦੀ ਗੱਲ ਇੱਕ ਜੋਤ ਦੀ ਗੱਲ ਤੇ ਨਵੀਂ ਪੀੜ੍ਹੀ ਧਰਮ ਦੇ ਕਿੰਨੀ ਕ ਨੇੜੇ ਜਾਂ ਕਿੰਨੀ ਕ ਦੂਰ ਹੈ ਤੇ ਕਿਉਂ ਹੈ ਜੀ ਅਸਲ ਗੱਲ ਇਹ ਹੈ ਵੀ ਜਿਹੜੀ ਜਦੋਂ ਆਪਾਂ ਨਵੀਂ ਪੀੜ੍ਹੀ ਦੀ ਗੱਲ ਕਰਦੇ ਆ ਜਾਂ ਮੋਸਟਲੀ ਪੇਰੈਂਟਸ ਵੀ ਕਰਦੇ ਹੁੰਦੇ ਵੀ ਬੱਚਿਆਂ ਦੇ ਜੀ ਐਨ ਅਸੀਂ ਇਹਨਾਂ ਨੂੰ ਕਿਵੇਂ ਜੋੜੀਏ ਕਿਵੇਂ ਇਸ ਪਾਸੇ ਰਹਿ ਸਕਦੇ ਨੇ ਆਪਣੇ ਸੱਭਿਆਚਾਰ ਦੇ ਵਿੱਚ ਧਰਮ ਦੇ ਵਿੱਚ ਹਨਾ ਵੀ ਉਹਨੂੰ ਅਪਣਾਉਣ ਤੇ ਉਸ ਪਾਸੇ ਨੂੰ ਤੁਰਨ ਤੋਂ ਬੇਸਿਕਲੀ ਜਦੋਂ ਅਸੀਂ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੇਖਦੇ ਆ ਵੀ ਜਿਹੜਾ ਆਨਿਕ ਫਾਲਸਫੇ ਉਹਦੇ ਵਿੱਚ ਉਹ ਬੱਚੇ ਦੇ ਜੀਵਨ ਦੇ ਇਨ ਫਿਊਚਰ ਜੋ ਕੁਝ ਹੋਣ ਵਾਲਾ ਹੁੰਦਾ ਉਹਦਾ 베ਸ ਉਹ ਜਨਮ ਮਾਤਾ ਦੀ ਕੁੱਖ ਤੋਂ ਮੰਨਦੇ ਨੇ ਜੀ ਹਮ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਵੀ ਮਾਤਾ ਦੇ ਗਰਭ ਤੋਂ ਹੀ ਸ਼ੁਰੂ ਕਰਦੇ ਨੇ ਅੱਜ ਦੀ ਗੱਲ ਸਾਡੀ ਰਹੇਗੀ ਤਿੰਨ ਹਿੱਸਿਆਂ ਦੇ ਵਿੱਚ ਇਹਨੂੰ ਐਵੇਂ ਵੇਖਿਆ ਇੱਕ ਤੇ ਮਾਤਾ ਦਾ ਗਰਭ ਦੂਸਰਾ 10 ਸਾਲ ਦੀ ਅਜ ਤੱਕ ਦਾ ਬੱਚਾ ਜਦੋਂ ਪੈਦਾ ਹੋ ਜਾਂਦਾ ਫਿਰ 10 ਤੋਂ 18 ਸਾਲ ਦੀ ਬੇਸਿਕਲੀ ਆਈ ਏਜ ਹੁੰਦੀ ਹੈ ਉਸ ਤੋਂ ਬਾਅਦ ਤੇ ਫਿਰ ਉਹ ਆਪਣੇ ਆਪ ਜੀਵਨ ਨੂੰ ਵੇਖਦਾ ਹੈ ਨਾ ਉਹਦਾ ਨਜ਼ਰੀਆ ਬਣ ਜਾਂਦਾ ਹੈ ਤੋ ਗੁਰਬਾਣੀ ਚ ਮਹਾਰਾਜ ਕਹਿੰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗੁਰਬਾਸ ਮਹਾਰਾਜ ਮਾਤਾ ਦੇ ਉਦਰ ਤੋਂ ਪਹਿਲਾਂ ਵੀ ਪਰਮਾਤਮਾ ਦੀ ਇਨਟੈਂਸ਼ਨ ਬਾਰੇ ਗੱਲ ਕਰਦੇ ਨੇ ਵੀ ਬੰਦੇ ਦਾ ਬੰਦੇ ਦੀ ਮਾਤਾ ਦੀ ਇਨਸਾਨ ਦੀ ਮਾਤਾ ਦੀ ਕੱਖ ਦੇ ਵਿੱਚ ਵੀ ਆਮਦ ਜਿਹੜੀ ਆ ਉਹ ਪਹਿਲਾਂ ਪ੍ਰਮਾਤਮਾ ਦੀ ਇਜਾਜ਼ਤ ਨਾਲ ਹੀ ਹੁੰਦੀ ਹੁੰਦੀ ਹੈ। ਤੋਂ ਇਸ ਕਰਕੇ ਜਿਹੜੇ ਸਾਡੇ ਮਨੋਵਿਗਿਆਨੀ ਨੇ ਜਾਂ ਡਾਕਟਰਸ ਨੇ ਉਹ ਮੰਨਦੇ ਨੇ ਵੀ ਮਾਤਾ ਦੀ ਕੱਖ ਤੋਂ ਬੇਸਿਕਲੀ ਸਟਾਰਟਿੰਗ ਹੈ ਹਿਊਮਨ ਬੀਿੰਗ ਦੇ ਜੀਵਨ ਦੀ। ਤੋਂ ਉਸ ਬੇਸ ਤੋਂ ਹੀ ਮਨੁੱਖ ਜਦੋਂ ਕੱਖ ਦੇ ਵਿੱਚ ਆਉਂਦਾ ਉਦੋਂ ਤੋਂ ਹੀ ਉਹ اپنی زندگی ਨੂੰ ਅਬਜ਼ਰਵ ਕਰਦਾ ਹੈ ਭਾਰ ਦੇ ਸਾਰੇ ਵਾਤਾਵਰਣ ਨੂੰ ਹਮ ਹਮ ਗੁਰਬਾਣੀ ਚ ਮਹਾਰਾਜ ਇਹਨੂੰ ਇੱਕ ਇੱਕ ਉਹਦੀ ਸਟੇਜ ਦੱਸਦੇ ਨੇ ਉਸ ਮਨੁੱਖ ਦੀ ਉਹ ਕਹਿੰਦੇ ਨੇ ਵੀ ਉਸ ਸਟੇਜ ਤੇ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਮਨੋਵਿਗਿਆਨੀ ਜਾਂ ਡਾਕਟਰਸ ਕਹਿੰਦੇ ਨੇ ਵੀ ਉੱਥੇ ਬੱਚਾ ਜਦੋਂ ਪਲਦਾ ਹੈ ਉਹ ਬਾਹਰ ਨੂੰ ਅਬਜ਼ਰਵ ਕਰਦਾ ਹੈ ਬਿਉ ਦੇ ਉਹਨੂੰ ਬਹੁਤ ਕੁਝ ਪਤਾ ਲੱਗਦਾ ਰਹਿੰਦਾ ਉਹਦੇ ਜਿਵੇਂ ਜਿਵੇਂ ਉਹ ਡਵੈਲਪ ਹੁੰਦਾ ਉਹਦੇ ਮਾਤਾ ਦੇ ਰਾਹੀਂ ਹੈਨਾ ਤੇ ਦੂਸਰਾ ਮਹਾਰਾਜ ਕਹਿੰਦੇ ਨੇ ਵੀ ਉਸ ਜਿਹੜੀ ਉਹ ਸਟੇਜ ਆ ਉੱਥੇ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਉਦੀ ਨਿਰੰਤਰ ਉਹਦੇ ਨਾਲ ਸਾਂਝ ਬਣੀ ਰਹਿੰਦੀ ਹੈ ਇਸ ਕਰਕੇ ਉਹ ਦੋਨੋਂ ਤਰ੍ਹਾਂ ਦਾ ਜਿਵੇਂ ਜਿਵੇਂ ਉਹ ਡਵੈਲਪ ਹੁੰਦਾ ਹੈ ਆਪਾਂ ਇਹਨੂੰ ਦੋਨੋਂ ਰੂਪ ਦੇ ਵਿੱਚ ਵੇਖ ਸਕਦੇ ਆਂ ਕਿ ਇੱਕ ਤੇ ਉਹਦੀ ਪਰਮਾਤਮਾ ਦੇ ਨਾਲ ਸਾਂਝ ਬਣੀ ਰਹਿੰਦੀ ਹੈ ਦੂਸਰਾ ਉਹ ਜਿਸ ਸੰਸਾਰ ਦੇ ਵਿੱਚ ਉਹ ਨੇ ਆਉਣਾ ਉਹਦੇ ਨਾਲ ਉਹਦਾ ਰਿਲੇਸ਼ਨ ਆਫ ਦੀ ਮਨ ਰਹੀ ਹੌਲੀ ਹੌਲੀ ਜੁੜਦਾ ਰਹਿੰਦਾ ਤੋ ਇੱਥੇ ਆਪਾਂ ਆਮ ਹੀ ਆਪਣੇ ਵੱਡੇ ਵੱਡੇ ਵਡੇਰਿਆਂ ਤੋਂ ਸੁਣਿਆ ਔਰ ਜਿਹੜੇ ਇਹਦੇ ਮਤਲਬ ਇਹਨੂੰ ਖੋਜ ਕਰਨ ਵਾਲੇ ਸਾਇੰਸਦਾਨੀ ਨੂੰ ਵੀ ਕਹਿੰਦੇ ਨੇ ਵੀ ਉਹ ਬਾਹਰ ਤੇ ਸਾਰੇ ਪ੍ਰਭਾਵ ਜਿਹੜੇ ਨੇ ਥਿੰਕਿੰਗ ਦਾ ਤੁਹਾਡੇ ਵਿਵਹਾਰ ਦਾ ਤੁਹਾਡੇ ਜਿਹੜੇ ਕਿਰਿਆ-ਕਲਾਪ ਨੇ ਜਿਹੜੀ ਤੁਸੀਂ ਕੰਮ ਕਰਦੇ ਹੋਦੋਂ ਉਹ ਬੱਚਾ ਉਹਨਾਂ ਨੂੰ ਆਬਜ਼ਰਵ ਕਰਦਾ ਹੈ ਔਰ ਜੇ ਉਸ ਸਮੇਂ ਦੌਰਾਨ ਮਾਤਾ ਜਿਹੜੀ ਹੈ ਉਹ ਸੁਚੇਤ ਰਹੇ ਸਤ ਦੇ ਪ੍ਰਤੀ ਅ ਐਨਕੈਲੀ ਆ ਵੀ ਚੰਗਿਆਂ ਦੇ ਪ੍ਰਤੀ ਜਾਂ ਚੰਗੇ ਵਿਵਹਾਰ ਦੇ ਪ੍ਰਤੀ ਤਾਂ ਉਹਦੀਆਂ ਜਿਹੜੀਆਂ ਪੋਜ਼ਿਟਿਵ ਵਾਈਬ੍ਰੇਸ਼ਨਸ ਨੇ ਉਹ ਬੱਚੇ ਨੂੰ ਘੜਦੀਆਂ ਨੇ ਹਮ ਇਸ ਤੋਂ ਪਹਿਲੀ ਜਿਹੜੀ ਸਟੇਜ ਆ ਜਿਹੜੀ ਧਰਮ ਜਿਹਨੂੰ ਵੇਖਦਾ ਜਿਸ ਨਜ਼ਰੀਏ ਤੋਂ ਉਹ ਇਹ ਹੈ ਵੀ ਕੋਈ ਵੀ ਜੀਵ ਜਿਹੜਾ ਹੈ ਉਹ ਕਿਸੇ ਮਾਂ ਦੀ ਕੱਖ ਚ ਉਸੇ ਲੈਵਲ ਦਾ ਹੀ ਹੁੰਦਾ ਜਿਸ ਲੈਵਲ ਦੀ ਉਹ ਪਹਿਲਾਂ ਤੋਂ ਉਸ ਮਾਂ ਦਾ ਸਟੇਟਸ ਹੁੰਦਾ ਐਵੇਂ ਇਹਨੂੰ ਕਹਿ ਲਈਏ ਵੀ ਜੇ ਮਾਂ ਦੀ ਸਾਰੀ ਥਿੰਕਿੰਗ ਉਹਦੀ ਕਿਰਿਆਕਲਾਪ ਜਿਹੜੀ ਉਹ ਨੈਗੇਟਿਵ ਹੈ ਐਵੇਂ ਕਹਿ ਲਈਏ ਵੀ ਮਾਇਆ ਵੀ ਹੈ ਉਹਦੇ ਅੰਦਰ ਕੋਈ ਪਰਮੇਸ਼ਵਰੀ ਚ ਸ਼ਕਤੀ ਵਾਲਾ ਜੀ ਆਉਣ ਦੀ ਸੰਭਾਵਨਾ 0 ਹੋ ਜਾਂਦੀ ਹੁੰਦੀ ਹੈ ਵੀ ਉਹ ਹੋ ਨਹੀਂ ਸਕਦਾ ਹੁੰਦਾ ਹਨਾ ਇਹ ਗੁਰਬਾਣੀ ਚ ਮਹਾਰਾਜ ਜੀ ਨੇ ਇਹਨੂੰ ਬੜਾ ਸਪਸ਼ਟ ਕੀਤਾ ਹੈ ਵੀ ਵੱਡੇ ਵੱਡੇ ਦੇਵੀ ਦੇਵਤੇ ਵੀ ਜਿਹੜੇ ਨੇ ਉਹ ਇਸ ਸਟੇਜ ਨੂੰ ਤਰਸਦੇ ਨੇ ਵੀ ਇਹ ਮਾਤਾ ਦੀ ਕੁੱਖ ਨੂੰ ਮਸਕੀਨ ਜੀ ਕਹੇਰੀ ਇੱਕ ਉਦਾਹਰਣ ਦਿੰਦੇ ਹੁੰਦੇ ਨੇ ਵੀ ਜਦੋਂ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਇਹ ਇਹ ਗੁਰਮਾਨੀ ਐਵੇਂ ਕਿਉਂ ਕਹਿੰਦੀ ਹੈ ਵੀ ਉਹ ਇਸ ਸੰਸਾਰ ਦੇ ਵਿੱਚ ਆਉਣ ਨੂੰ ਉਹ ਤਰਸਦੇ ਰਹਿੰਦੇ ਵੀ ਉਹਨਾਂ ਨੂੰ ਦੇ ਹੀ ਮਿਲੇ ਤੇ ਉਹ ਆਪਣੀ ਫਾਈਨਲ ਸਟੇਜ ਤੱਕ ਪਹੁੰਚਣ ਕਿਉਂਕਿ ਇੱਕ ਪ੍ਰੋਸੈਸ ਹੈ ਲਾਈਫ ਦਾ ਨਾ ਸਪਿਰਚੁਅਲ ਜਿਹੜੀ ਹੈ ਉਹ ਫਾਈਨਲ ਸਟੇਜ ਤੇ ਜਾ ਕੇ ਮਨੋਖੋ ਦੇ ਵਿੱਚ ਮਰਜ ਹੁੰਦਾ ਉਸ ਤੋਂ ਪਹਿਲਾਂ ਉਹਦੀਆਂ ਵੀ ਕਈ ਲੇਅਰਸ ਨੇ ਆਪਾਂ ਉਹਨੂੰ ਵੇਖਦੇ ਹਾਂ ਤਾਂ ਉੱਥੇ ਫਿਰ ਉਹੀ ਹਸਤੀ ਆ ਕੇ ਟਿਕਦੀ ਹੈ ਜਿਹੜੀ ਉਹ ਜਿਹੜੀ ਜਿਸ ਲੈਵਲ ਦੀ ਮਾਤਾ ਦਾ ਆਪਣਾ ਸਟੇਟਸ ਹੁੰਦਾ ਹੈ ਦੂਸਰਾ ਪਿਤਾ ਦਾ ਵੀ ਉਹਦੇ ਵਿੱਚ ਕਿਉਂਕਿ ਰੋਲ ਹੈ ਕਿਉਂਕਿ ਮਾਤਾ ਦੇ ਪਿਤਾ ਦੇ ਸੰਜੋਗ ਨਾਲ ਹੀ ਕੋਈ ਚੀਜ਼ ਜਨਮਦੀ ਹੈ ਹਨਾ ਤਾਂ ਦੋਨਾਂ ਦਾ ਕੰਬੀਨੇਸ਼ਨ ਜਿਹੜਾ ਹੈ ਉਹਦੇ ਵਾਸਤੇ ਇੱਕ ਗੱਲ ਆਪਾਂ ਆਮ ਹੀ ਸੁਣੀਏ ਪੜਾਈ ਤੋਂ ਬਾਹਰ ਦੀ ਹੈ ਵੀ ਜਿਵੇਂ ਆਪਾਂ ਪਿੰਡਾਂ ਦੇ ਵਿੱਚੋਂ ਆਏ ਆ ਸਾਡੇ ਬਜ਼ੁਰਗਾਂ ਦਾ ਇਹ ਸੀ ਜਾਂ ਵਡੇਰੀਆਂ ਮਾਵਾਂ ਦਾ ਵੀ ਜਦੋਂ ਕੋਈ ਮਾਂ ਪ੍ਰੈਗਨੈਂਟ ਪ੍ਰੈਗਨੈਂਟ ਹੋਣੀ ਹੈ ਹਨਾ ਉਹਨਾਂ ਨੇ ਉਹਨੂੰ ਇੱਕ ਸਾਤਵਿਕ ਮਾਹੌਲ ਦੇਣ ਦੀ ਕੋਸ਼ਿਸ਼ ਕਰਨੀ ਵੀ ਤੁਸੀਂ ਮੰਦਿਰ ਜਾਓ ਗੁਰਦੁਆਰੇ ਜਾਓ ਗੁਰਬਾਣੀ ਪੜ੍ਹੋ ਹਨਾ スピリチュアル પોઈન્ટ ઓફ વ્યੂ ਤੋਂ ਚੰਗੇ ਜੀਆਂ ਨੂੰ ਮਿਲੋ ਚੰਗੀਆਂ ਕਰੋ ਉਹਦੇ ਪਿੱਛੇ ਰੀਜ਼ਨ ਇਹੀ ਸੀ ਵੀ ਜੇ ਪੋਜ਼ਿਟਿਵ ਸਭ ਕੁਝ ਦਿੱਤਾ ਜਾਂਦਾ ਹੈ ਤਾਂ ਬੱਚੇ ਦੇ ਅੰਦਰ ਐਵੇਂ ਕਹਿ ਲਈਬੀ ਉਹ ਪੋਜ਼ਿਟਿਵਿਟੀ ਜਿਹੜੀ ਉਹ ਡਿਵਲਪ ਹੁੰਦੀ ਹੈ ਜਿੰਨਾ ਕੁਝ ਪੋਜ਼ਿਟਿਵ ਹੋਊਗਾ ਜਦੋਂ ਉਹ ਸੰਸਾਰ ਜਾਊਗਾ ਹੁਣ ਇੱਥੇ ਇੱਕ ਜਿਹੜੀ ਸਟੇਜ ਧਰਮ ਦੱਸਦਾ ਹੈ ਗੁਰਬਾਣੀ ਜਿੰਨੂੰ ਮਹਾਰਾਜ ਉਸ ਪਾਸੇ ਇਸ਼ਾਰਾ ਕਰਦੇ ਨੇ ਜਾਂ ਉਹਨੂੰ ਕਨਫਰਮ ਕਰਦੇ ਨੇ ਵੀ ਜਦੋਂ ਮਨੁੱਖ ਪੈਦਾ ਹੁੰਦਾ ਹੈ ਸੰਸਾਰ 'ਚ ਆਉਂਦਾ ਹੈ ਉਦੋਂ ਉਹ ਦਾ ਧਿਆਨ ਪਰਮਾਤਮਾ ਨਾਲੋਂ ਵਿਸਰਦਾ ਹੈ ਹੂੰ ਹੂੰ ਔਰ ਬਾਹਰ ਦੀ ਸੰਸਾਰ ਦੀ ਮਾਇਆ ਵੀ ਸੰਸਾਰ ਦੇ ਨਾਲ ਉਹ ਜੁੜਦਾ ਹੈ ਉਹਦੇ ਪਿੱਛੇ ਵੇਖੋ ਇੱਕਦਮ ਮਹਾਰਜ ਕਹਿ ਰਹੇ ਨੇ ਵੀ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਸੰਸਾਰ 'ਚ ਆਇਆ ਉਹਨੂੰ ਇਹਦੀ ਹਵਾ ਲੱਗੀ ਹੂੰ ਹੂੰ ਬਾਹਰ ਸਭ ਕੁਝ ਵਾਈਬ੍ਰੇਸ਼ਨਸ ਉਵੇਂ ਦੀਆਂ ਹੋਵਨ ਤੁਸੀ ਐਵੇਂ ਕਹੋ ਵੀ ਤੁਸੀਂ ਅਸੀਂ ਸਾਰੇ ਸਵਾਗਤ ਵਾਸਤੇ ਖੜੇ ਹੁੰਨੇ ਆ ਜੀ ਬਿਲਕੁਲ ਤੇ ਨਾਲ ਦੀ ਨਾਲ ਉਹ ਸਾਡੀਆਂ ਜਿਹੜੀਆਂ ਆ ਵਾਈਬ੍ਰੇਸ਼ਨਸ ਨੇ ਸਾਡੇ ਵਿਚਾਰ ਨੇ ਉਹਦੇ ਤੇ ਹਾਵੀ ਹੋ ਜਾਂਦੇ ਬਾਹਰ ਦਾ ਕੁਝ ਵਾਤਾਵਰਣ ਵੱਖਰਾ ਹੈ ਮਾਦੀ ਕੁਖ ਦਾ ਕੁਝ ਕਨਸਰਨ ਵੱਖਰਾ ਹੈ। ਤੋਂ ਉਦੋਂ ਜਦੋਂ ਮਨੁੱਖ ਇਹਦੇ ਨਾਲ ਜੁੜਦਾ ਹੈ। ਮਹਾਰਾਜ ਉਹਨੂੰ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਯਕਦਾਂ ਸਭ ਕੁਝ ਚੇਂਜ ਹੋ ਗਿਆ। ਜਦੋਂ ਚੇਂਜ ਹੁੰਦਾ ਹੈ। ਹੁਣ ਉਥੋਂ ਪ੍ਰਬੰਧ ਸ਼ੁਰੂ ਹੋ ਜਾਂਦਾ ਜਿਹੜਾ ਬਾਹਰ ਦਾ ਤੇ ਅੰਦਰ ਦਾ। ਜਿਵੇਂ ਜਿਵੇਂ ਅਸੀਂ ਉਹਦੇ ਨਾਲ ਜੁੜਦੇ ਜਾਂਦੇ ਹਾਂ। ਉਵੇਂ-ਉਵੇਂ ਬੱਚੇ ਦਾ ਰਿਐਲਿਟੀ ਵੱਲੋਂ ਕਿਉਂਕਿ ਉਹ ਪਹਿਲਾਂ ਤੇ ਉਹ ਸਪਿਰਚੁਅਲ ਸਿਸਟਮ ਦੇ ਵਿੱਚੋਂ ਹੀ ਆਇਆ ਕਿਉਂਕਿ ਉਹ ਪ੍ਰੋਸੈਸ ਹੀ ਕੁਦਰਤ ਦਾ ਉਹ ਹੈ ਹੁਣ ਜਿਹੜੀ ਜਿਸ ਕਿਸਮ ਦਾ ਦਾ ਵਾਤਾਵਰਣ ਨੂੰ ਮਿਲੇਗਾ ਜਿਸ ਕਿਸਮ ਦੀ ਇਹਨੂੰ ਫੀਡ ਮਿਲੇਗੀ ਉਹ ਉਵੇਂ-ਉਵੇਂ ਉਸ ਪਾਸੇ ਨੂੰ ਡਵੈਲਪ ਹੋਏਗਾ ਇੱਕ ਇਹਦੇ 'ਚ ਵੇਖੋ ਜੀ ਛੋਟੇ ਬੱਚੇ ਤੇ ਮਾਤਾ ਦੀ ਫੀਡ ਦਾ ਮਾਤਾ ਦੀ ਖਰ ਕਿਰਿਆ ਕਰਾ ਕਰਾ ਕਲਾਪ ਦਾ ਬਹੁਤ ਗਹਿਰਾ ਅਸਰ ਪੈਂਦਾ ਹੈ ਫੀਡ ਨੂੰ ਐਵੇਂ ਹੁਣ ਇਹ ਸੁਣੀ ਸੁਣਾਈ ਆਪਾਂ ਕੋ ਬਹੁਤ ਜਿਆਦੇ ਬਜ਼ੁਰਗ ਨਹੀਂ ਹੈਗੇ ਪਰ ਆਪਾਂ ਵੀ ਬਜ਼ੁਰਗਾਂ ਨੂੰ ਦੇਖਿਆ ਵੀ ਆਪਣੇ ਵਡੇਰਿਆਂ ਨੂੰ ਉਹਨਾਂ ਨੇ ਮਾਂ ਨੂੰ ਕਹਿਣਾ ਵੀ ਜਦੋਂ ਤੂੰ ਦੁੱਧ ਪਿਆਨੀ ਹੈ ਨਾ ਨਾਲ ਮੂਲ ਮੰਤਰ ਦਾ ਪਾਠ ਕਰਨਾ ਹੂੰ ਕਹਿੰਦੇ ਹੁੰਦੇ ਸੀ ਬੇਸਿਕ ਪੁਆਇੰਟ ਮੈਂ ਇੱਕ ਪੁਆਇੰਟ ਆਫ ਊ ਵੀ ਤੋ ਉਹ ਜਾਂ ਤੂੰ ਵੈਗਰੂ ਵੈਗਰੂ ਜਪਣਾ ਉਹਦਾ ਰੀਜ਼ਨ ਇਹ ਹੈ ਵੀ ਜਦੋਂ ਮਾਂ ਕਨਸੈਂਟਰੇਟ ਹੋਏਗੀ ਬੱਚੇ ਨੂੰ ਫੀਡ ਕਰੇਗੀ ਉਹਦੀਆਂ ਵਾਈਬ੍ਰੇਸ਼ਨਸ ਵੀ ਨਾਲ ਦੀ ਨਾਲ ਉਹਦੇ ਚ ਟ੍ਰਾਂਸਫਰ ਹੋਣਗੀਆਂ ਹੂੰ ਹਾਂ ਹੈਨਾ ਵੀ ਪੋਜ਼ਿਟਿਵਿਟੀ ਜਾਂਦੀ ਹੈ ਤੇ ਜੇ ਪੋਜ਼ਿਟਿਵਿਟੀ ਮਾਂ ਦੇ ਅੰਦਰ ਨਹੀਂ ਜਾਂ ਸਾਡੇ ਵਾਤਾਵਰਣ ਦੇ ਅੰਦਰ ਨਹੀਂ ਜਿੱਥੇ ਅਸੀਂ ਜਿੰਨਾਂ ਦੇ ਨਾਲ ਹੁਣ ਅਸੀਂ ਜੁੜੇ ਆਂ ਤਾਂ ਯਕੀਨਨ ਇਨ ਫਿਊਚਰ ਤਰ ਮਾਲੇ ਪਾਸੇ ਨੂੰ ਜਾਣਾ ਮੁਸ਼ਕਲ ਹੋ ਜਾਏਗਾ ਜਾਂ ਸੱਭਿਆਚਾਰ ਨੂੰ ਉਹਵੇਂ અપਨਾ ਪਾਣਾ ਕਈ ਵਾਰੀ ਤਾਂ ਹੁੰਦਾ ਤਾਂ ਇਹ ਆ ਵੀ ਬੱਚੇ ਨੂੰ ਦੁੱਧ ਵੀ ਪਲਾਰੀ ਹੁੰਦੀ ਹੈ ਮਾਂ ਤੇ ਸਾਹਮਣੇ ਨਾਟਕ ਲੱਗਾ ਹੁੰਦਾ ਇਹ ਇਹ ਨਾ ਸਿਰਫ ਉਦੋਂ ਦੁੱਧ ਪਿਆਣ ਤੋਂ ਉਹ ਜਦੋਂ ਉਹਦੇ ਕੁੱਖ ਦੇ ਵਿੱਚ ਬੱਚਾ ਉਹ ਉਹ ਕੁਦਰਤ ਉਹਨੂੰ ਉਹਨੂੰ ਅੱਛਾ ਤੁਸੀਂ ਅੱਜ ਵੇਖੋ ਇੱਕ ਨਾ ਕਈ ਵਾਰੀ ਮੈਂ ਸੁਭਾਵਿਕੀ ਕਈ ਰੀ ਲਾਈਟਲੀ ਵੀ ਆਪਾਂ ਗੱਲਾਂ ਕਰਦੇ ਆਂ ਦੁਨੀਆ ਆਮ ਲੋਕਾਂ ਦੇ ਨਾਲ ਜਦੋਂ ਸਵਾਲ ਕਰਦੇ ਨੇ ਉਹ ਮੈਂ ਵੀ ਜਦੋਂ ਤੁਸੀਂ ਬੱਚੇ ਨੂੰ ਚੁੱਪ ਕਰਾਣਾ ਆਉਂਦਾ ਸਾਡਾ ਮੈਥਡ ਕੀ ਹੈ ਅਸੀਂ ਉਹਨੂੰ ਫੋਨ ਦੇ ਦਿੰਦੇ ਨੇ ਨਾ ਜਾਂ ਟੀਵੀ ਅੱਗੇ ਬਿਠਾ ਦਿੰਦੇ ਹਾਂ ਤਾਂ ਉਹ ਜਦੋਂ ਅਸੀਂ ਉਹਨੂੰ ਬਿਠਾ ਦਿੰਦੇ ਆ ਜਾਂ ਉਹ ਫੋਨ ਫੜਾ ਦਿੰਦੇ ਆ ਇਹਦੇ ਮਤਲਬ ਸਾਡੀ ਜਿਹੜੀ ਇੰਟੈਂਸ਼ਨ ਕੀ ਹੈ ਹਮ ਹਮ ਮਤਲਬ ਅਸੀਂ ਉਹਨੂੰ ਕਿਹੜੀ ਦਿਸ਼ਾ ਦੇ ਵੱਲ ਨੂੰ ਤੋਰ ਰਹੇ ਹਾਂ ਬਿਲਕੁਲ ਸਹੀ ਮੈਂ ਐਸੀ ਯੂਨੀਵਰਸਿਟੀ ਪਰਦੇਸ ਇਸ ਸਰ ਮੈਨੂੰ ਉਹਕੇ ਇਨਸੀਡੈਂਟਸ ਬਹੁਤ ਵਾਰੀ ਯਾਦ ਆਉਂਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਸੀਂ ਜਾਂਦੇ ਹੁੰਦੇ ਸੀ ਤੇ ਉਥੋਂ ਜਿਹੜੀ ਬੱਸ ਬੱਸ ਸਟੈਂਡ ਤੋਂ ਯੂਨੀਵਰਸਿਟੀ ਜਾਂਦੀ ਹੈ ਨਾ ਜੀ ਜੀ ਉਹਦੇ ਵਿੱਚ ਹਮੇਸ਼ਾ ਗਾਣੇ ਚੱਲਦੇ ਆ ਬਿਲਕੁਲ ਠੀਕ ਹੈ ਪੂਰੀ ਆਵਾਜ਼ ਸਿਰਫ ਸਵੇਰੇ ਜਦੋਂ ਬੱਸ ਸਟੈਂਡ ਤੋਂ ਉਹਨਾਂ ਨੇ ਤੋਰਨੀ ਹੁੰਦੀ ਹੈ ਮਤਲਬ ਅਰਲੀ ਮਾਰਨਿੰਗ ਉਦੋਂ ਥੋੜੇ ਜੇ ਕੋਈ ਧਾਰਮਿਕ ਲੱਗੇ ਹੁੰਦੇ ਨੇ ਕੋਈ ਸ਼ਬਦ ਜਾਂ ਗੀਤ ਜਿਵੇਂ ਹੀ ਉਹ ਬੱਸ ਸਟੈਂਡ ਤੋਂ ਉਹਨਾਂ ਨੇ ਸਲਫ ਮਾਰ ਕੇ ਬਾਹਰ ਕੱਢਣੀ ਹੈ ਉਦੋਂ ਤੋਂ ਹੀ ਬੱਸ ਫਿਰ ਉਹ ਪੰਜਾਬੀ ਕਲਚਰ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਕਲਚਰ ਕਹਿ ਲੀਨੇ ਹਨਾ ਜੀ ਜੀ ਇੱਕ ਵਾਰੀ ਅਸੀਂ ਉੱਥੋਂ ਸ਼ਾਮ ਨੂੰ ਸਾਡੀ ਛੁੱਟੀ ਹੋਈ ਜਦੋਂ ਯੂਨੀਵਰਸਿਟੀ ਤੋਂ ਅਸੀਂ ਲਾਇਬ੍ਰੇਰੀ ਤੋਂ ਨਿਕਲੇ ਸੀ ਦੋ ਤਿੰਨ ਫਰੈਂਡ ਸੀ ਜੇ ਅਸੀਂ ਬੱਸ ਸਟੈਂਡ ਨੂੰ ਜਾਣਾ ਸੀ ਹੈ ਨਾ ਤਾਂ ਉੱਥੋਂ ਇੱਕ ਨੌਜਵਾਨ ਬੀਬੀ ਸੀ ਉਹ ਬੈਠੀ ਉਹਦੇ ਗੋਦ ਦੇ ਵਿੱਚ ਬੱਚਾ ਜੀ ਹਮ ਹਮ ਬੱਸ ਉਦੋਂ ਤਕਰੀਬਨ ਖਾਲੀ ਹੁੰਦੀ ਹੈ ਜੀ ਸ਼ਾਮ ਨੂੰ ਜੀ ਤਾਂ ਉਹਨੇ ਅਗਲੀ ਸੀਟ ਤੇ ਉਹ ਬੱਚੇ ਨੂੰ ਨਾ ਉਹਨੇ ਬੱਚਾ ਬੈਠਣ ਜੋਗਾ ਹੈਗਾ ਸੀ ਜੀ ਹੱਲੇ ਹਮ ਹਮ ਵੀ ਜਿਵੇਂ ਮੰਨ ਲਓ ਰੇੜ ਤੇ ਨਹੀਂ ਸੀ ਸਕਦਾ ਪਰ ਬੈਠ ਸਕਦਾ ਸੀ ਉਹਨੇ ਆਪਣੀ ਗੋਦੀ ਚੋਂ ਕੱਢ ਕੇ ਉਹਨੂੰ ਸੀਟ ਤੇ ਬਿਠਾਤਾ ਹਮ ਹਮ ਉਹ ਜਿਵੇਂ ਯੂਨੀਵਰਸਿਟੀ ਦਾ ਗੇਟ ਬਾਹਰ ਨਿਕਲੀ ਬੱਸ ਹੋਨੇ ਗਾਣੇ ਲਾਤੇ ਡਰਾਈਵਰ ਨੇ ਤੁਸੀਂ ਯਕੀਨ ਜਾਣੋ ਕਿਉਂਕਿ ਸਾਡੇ ਦੇ ਫੀਲਡ ਰਿਲੀਜ਼ ਹੁੰਦਾ ਸੀ ਨਾ ਉੱਥੇ ਵੀ ਸਟੱਡੀ ਵੀ ਤੇ ਉਹ ਜਿਵੇਂ ਹੀ ਗਾਣੀਆਂ ਦੀ ਟਿਊਨ ਸ਼ੁਰੂ ਹੋਈ ਉਹ ਬੱਚਾ ਜਿਹਨੂੰ ਹਲੇ ਰਿੜਨਾ ਵੀ ਨਹੀਂ ਹੁੰਦਾ ਉਹ ਕੱਛਾ ਮਾਰਨ ਲੱਗ ਗਿਆ ਮਤਲਬ ਵਾਹ ਉਹ ਤਾਂ ਟੱਟ ਪੂਸੀਆਂ ਮਾਰਦਾ ਹੈਪੀ ਆਪ ਵੀ ਉਹਦੇ ਅੰਦਰੋਖ ਪੈਦਾ ਹੋ ਗਏ ਨਾ ਉਹਨੂੰ ਵੇਖ ਕੇ ਸਾਨੂੰ ਮਤਲਬ ਇੱਕਦਮ ਮਨ ਦੇ ਵਿੱਚ ਜਿਹੜਾ ਖਿਆਲ ਆਇਆ ਵੀ ਇਹ ਬੱਚੇ ਦੇ ਅੰਦਰ ਮਿਊਜ਼ਿਕ ਦੀ ਇਹ ਰਿਦਮ ਦਾ ਜਿਹੜੀ ਆਪਾਂ ਸਾਰੇ ਜਾਣਦੇ ਬਿਓ ਪੋਜ ਟੋਟਲੀ ਨੈਗੇਟਿਵ ਜੀ ਹੈਨਾ ਵੀ ਉਹ ਆ ਵੀ ਉਹਦੀ ਇੰਨਾ ਅਟਰੈਕਸ਼ਨ ਆ ਜਾਂ ਇਨੀ ਅਟੈਚਮੈਂਟ ਕਿੱਥੋਂ ਆ ਗਈ ਹਾਲੇ ਤੋ ਅਬ ਉਹਦਾ ਜੀ ਉਹਨੂੰ ਪਤਾ ਹੀ ਨਹੀਂ ਉਹਨੂੰ ਤਾਂ ਭਾਰੀ ਸੰਸਾਰ ਦਾ ਕੁਝ ਪਤਾ ਹੀ ਨਹੀਂ ਹੈਨਾ ਤਾਂ ਇਹਦਾ ਮਤਲਬ ਇਹ ਹੋਇਆ ਵੀ ਉਹ ਸਭ ਕੁਝ ਉਹਨੇ ਕੀਤੇ ਪਹਿਲਾਂ ਹੀ ਗੇਨ ਕੀਤਾ ਹੋਇਆ ਹੈ ਬਿਲਕੁਲ ਠੀਕ ਜਿਵੇਂ ਹੀ ਉਹਨੂੰ ਉਹ ਵਾਤਾਵਰਣ ਮਿਲਦਾ ਹੈ ਉਵੇਂ ਉਹ ਦੇ ਵਿੱਚ ਉਹ ਦਾ ਲਿਪਤ ਹੋ ਜਾਂਦਾ ਨਾ ਛੋੜ ਜਾਂਦਾ ਗੁਰਬਾਣੀ ਚ ਮਹਾਰਾਜ ਜੀ ਨੂੰ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜੀ ਨੂਰਾ 3 ਜਨੂਰੀ ਜੋਰੂ ਜਿਨ੍ਹਾਂ ਦਾ ਸਿਕਤਾਰ ਇਹ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ ਬਹੁਤ ਵਾਰੀ ਨਾ ਇਸੀ ਗੁਰਬਾਣੀ ਨੂੰ ਜਦੋਂ ਨਹੀਂ ਵਿਚਾਰਦੇ ਜਾਂ ਪੜ੍ਹਦੇ ਸਾਨੂੰ ਲੱਗਦਾ ਵੀ ਬਾਬਾ ਸਿਰਫ ਸਾਨੂੰ ਨਾਮ ਜਪਣ ਦੀਆਂ ਸੋਹੜੀਆਂ ਸੋਹਣੀਆਂ ਗੱਲਾਂ ਦੱਸਦਾ ਵੀ ਫਸ ਜਿਹਦੇ ਨਾਲ ਤੁਹਾਨੂੰ ਕੋਈ ਹਾਰਟ ਨਾ ਹੋਵੇ ਤੁਸੀਂ ਗੁਰਬਾਣੀ ਜਾਂ ਧਰਮ ਦਾ ਜਿਹੜਾ ਅਸਲ ਫਲਸਫਾ ਜੀ ਉਹ ਕਿਸੇ ਵੀ ਧਰਮ ਦਾ ਹੋਵੇ ਉਹ ਤੁਹਾਡੇ ਪਹਿਲੇ ਹਾਰਟ ਦੀ ਜਿਹੜੀ ਬਣੀ ਹੋਈ ਜਗਾ ਹੈ ਨਾ ਵੀ ਜਿਹੜੀ ਤੁਹਾਡਾ ਸਟੇਟਸ ਬਣਿਆ ਉਹਨੂੰ ਬ੍ਰੇਕ ਕਰਦਾ ਹੈ ਹਮਮ ਕਿਉਂਕਿ ਤੁਸੀਂ ਇੱਕ ਆਪਣਾ ਵੱਖਰਾ ਸੰਸਾਰ ਸਿਰਜੀ ਬੈਠੇ ਹੋ ਰੋ ਨੂੰ ਸੱਚ ਮੰਨਿਆ ਗੁਰੂ ਨੇ ਤੁਹਾਨੂੰ ਉਸ ਸੰਸਾਰੀਆਂ ਉਸ ਸੱਚ ਦੀ ਗੱਲ ਦੱਸਨੀ ਹੈ ਜਿਹੜਾ ਅਲਟੀਮੇਟ ਹੈ ਜੀ ਜਿਹੜਾ ਰੀਅਲ ਆ ਜਿਹੜਾ ਤੁਹਾਡੀ ਰੂਹ ਦੇ ਨਾਲ ਜੁੜਿਆ ਹੋਇਆ ਤੋਂ ਮਹਾਰਾਜ ਇੱਥੇ ਕਹਿੰਦੇ ਨੇ ਵੀ ऐसे वातावरण ਦੇ ਵਿੱਚ ਜਿਹੜਾ ਇਹ ਨਨ 네ਗੇਟਿਵ ਵਾਤਾਵਰਨ ਉੱਥੇ ਪੈਦਾ ਹੋਣ ਵਾਲੇ ਜਿਹੜੇ ਬੱਚੇ ਨੇ ਉਹ ਸਮਝੋ ਵੀ ਉਹ ਭੂਤ ਤੇ ਭੂਤਨੀ ਨੇ ਤੇ ਉਹਨਾਂ ਦੀ ਮਾਂ ਜਿਹੜੀ ਆ ਉਹ ਸਮਝੋ ਵੀ ਭੂਤਾਂ ਦੀ ਸਰਦਾਰ ਆ ਜੀ ਵੀ ਜਿਹਦੀ ਥਰੂ ਉਹ ਸੰਸਾਰ ਦੇ ਵਿੱਚ ਐਂਟਰ ਕਰਦੇ ਨੇ ਆਪਾਂ ਸਿਰਫ ਮਾਂ ਦੀ ਇਸ ਕਰਕੇ ਬਹੁਤ ਹੀ ਗੱਲ ਹੋ ਜਾਂਦੀ ਹੈ ਕਿ ਜੇ ਸਾਨੂੰ ਲੱਗਦਾ ਵੀ ਅਸੀਂ ਮਾਂ ਨੂੰ ਹੀ ਕਹੀ ਜਾਂਦੇ ਆ ਉਹ ਪਿਤਾ ਦੇ ਬ੍ਰੀਡ ਤੇ ਵੀ ਗੱਲ ਡਿਪੈਂਡ ਹੋਣੀ ਹੀ ਕਰਦੀ ਹੈ ਜਿਹੜਾ ਉਹਦੀ ਥਿੰਕਿੰਗ ਹੈ ਬੇਸਿਕਲੀ ਜਦੋਂ ਇਹ ਇਹਦੀ ਅਗਲੀ ਜਿਹੜੀ ਸਟੇਜ ਆ ਉਹ ਕਹਿੰਦੇ ਨੇ ਵੀ ਦੋਨੋਂ ਦਾ ਆਪਣੇ ਨਾ ਆਪਾਂ ਨੂੰ ਇਸ ਗੱਲ ਦਾ ਪਤਾ ਵੀ ਆਪਣੇ ਉੱਥੇ ਇੱਕ ਜ਼ਰਖੀਜ਼ ਜ਼ਮੀਨਾਂ ਨੇ ਇੱਕ ਬੰਜਰ ਜ਼ਮੀਨਾਂ ਬਿਲਕੁਲ ਠੀਕ ਬੰਜਰ ਜ਼ਮੀਨਾਂ ਦੇ ਵਿੱਚ ਤੁਸੀਂ ਜਿੰਨਾ ਮਰਜੀ ਜ਼ਰਖੇਜ਼ ਬੀਜ ਪਾ ਦਿਓ ਜਿੰਨੇ ਮਰਜੀ ਖਾਦ ਪਾ ਲਓ ਉਹਨਾਂ ਤੋਂ ਬੀਜ ਪਾ ਦਿਓ ਉਹਨਾਂ ਤੋਂ ਬੀਜ ਪਾ ਦਿਓ ਹਾਈਬ੍ਰਿਡ ਪਾਓ ਜੀ ਉਹ ਕਦੀ ਵੀ ਉੱਥੇ ਫਸਲ ਨਹੀਂ ਬੰਦਦਾ ਜੇ ਉੱਗ ਵੀ ਪਊਗਾ ਉਹਨੂੰ ਕਦੀ ਕੋਈ ਸਿੱਟੇ ਨਹੀਂ ਲੱਗਦੇ ਜੀ ਇਸ ਤਰ੍ਹਾਂ ਵੀ ਕੀ ਜੀ ਗੱਲ ਹੈ ਨਾ ਤੇ ਜਿਹੜੀਆਂ ਜ਼ਰਖੇਜ਼ ਜ਼ਮੀਨਾਂ ਹੁੰਦੀਆਂ ਨੇ ਉਹਦੇ 'ਚ ਤੁਸੀਂ ਕੁਝ ਜ਼ੋਰ ਹਾਂ ਉਪਜਾਓ ਉਹਦੇ 'ਚ ਤੁਸੀਂ ਕਮਜ਼ੋਰ ਬੀਜ ਵੀ ਪਾ ਦਿਓ ਉਹ ਤੋਂ ਵੀ ਫਸਲ ਲਹਿਲਾ ਲਹਾਂ ਲੱਗ ਜਾਈ ਲਹਿਲਾਉਂਦੀ ਹੈ ਨਾ ਆਪਾਂ ਵੇਖਦੇ ਹਾਂ ਨਾ ਤਾਂ ਮਹਾਰਾਜ ਕੇ ਸੱਚੇ ਪਾਤਸ਼ਾਹ ਜੀ ਦੇ ਬੋਲ ਬਹੁਤ ਸਖਤ ਨੇ ਰਿਸ਼ੀ ਜੀ ਵੀ ਜਦਨੇ ਬਹੁਤ ਔਖੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੰਨੀ ਉਹਨਾਂ ਦੀ ਸ਼ਾਂਤ ਮਤਲਬ ਪਰਸਨੈਲਿਟੀ ਹੈ ਸਾਡੇ ਸਾਰਿਆਂ ਦੇ ਸਾਹਮਣੇ ਅਰ ਮਹਾਰਾਜ ਜੀ ਦੇ ਬੋਲ ਕੀ ਨੇ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਨਜਾ ਜੇ ਜਿਹੜੀ ਮਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਯਾਦ ਨਹੀਂ ਹੁੰਦੀ ਮਹਾਰਾਜ ਕਹਿੰਦੇ ਨੇ ਉਹਨੂੰ ਬਾਝ ਕਰ ਦੇ ਤਾਂ ਕਿ ਉਹਦੇ ਥਰੂ ਕੋਈ ਪੈਦਾ ਹੀ ਨਾ ਹੋਵੇ ਹੁਣ ਤੂੰ ਇਹਦਾ ਮਤਲਬ ਇੰਨਾ ਸਖਤਾਈ ਕਿਉਂ ਹੈ ਉਹਦੇ ਪਿੱਛੇ ਰੀਜ਼ਨ ਇਹ ਆ ਮਨੁੱਖ ਦਾ ਮੂਲ ਜਿਹੜਾ ਹੈ ਉਹ ਪਰਮੇਸ਼ਵਰੀ ਹੈ ਰੱਬੀ ਮਨੁੱਖ ਇਸ ਧਰਤੀ ਦੇ ਉੱਤੇ ਬਹੁਤ ਸਰਦਾਰੀ ਦਾ ਮਾਲਕ ਹੈ ਐਸ ਹਿਊਮਨ ਬੀਂਗ ਵੀ ਇੱਕ ਵੱਡੀ ਪਰਸਨੈਲਿਟੀ ਹੈ ਉਸ ਵੱਡੀ ਪਰਸਨੈਲਿਟੀ ਨੂੰ ਜਦੋਂ ਨਿਵਾਨ ਵੱਲ ਜਾਂਦੀ ਹੈ ਥੱਲੇ ਨੂੰ ਜਾਂਦੀ ਹੈ ਉਦੋਂ ਮਹਾਰਾਜ ਜੀ ਦਾ ਦਿਲ ਵੀ ਹਾਰਡ ਹੁੰਦਾ ਆਪਾਂ ਐਵੇਂ ਕਹਿ ਲਈਏ ਵੀ ਸਾਡੇ ਗੁਰੂਆਂ ਦਾ ਪੈਗੰਬਰਾਂ ਦਾ ਪੀਰਾਂ ਦਾ ਉਹਨਾਂ ਦਾ ਮਨ ਵੀ ਹਾਰਡ ਹੁੰਦਾ ਹੈ ਵੀ ਇਹ ਅਸਲ ਤੋਂ ਬੜੇ ਆਪਣੇ عقide ਤੋਂ ਪਰਾਂ ਹੋ ਗਏ ਹੈ ਨਾ ਤੇ ਇਸ ਕਰਕੇ ਇਹਨਾਂ ਦੀ ਲੋੜ ਆ ਵੀ ਇਹਨਾਂ ਨੂੰ ਆਪਾਂ ਉਹ ਸਹੀ ਰਾਹ ਦੇ ਉੱਤੇ ਤੋਰੀਏ ਵੈਸੇ ਉਹ ਬਹੁਤ ਸਖਤ ਬੋਲਨੇ ਜੀ ਸਾਡੇ ਜੀ ਜੀ ਉਵਰ ਦੇਰਿਆਂ ਦੇ ਮਹਾਰਾਜ ਜੀ ਰੰਦੇ ਉਹਨਾਂ ਨੂੰ ਜਰਨਾ ਵੀ ਬੜਾ ਔਖਾ ਜਾਂ ਕੰਮ ਹੁੰਦਾ ਹੈ ਹੁਣ ਅਸੀਂ ਗੱਲ ਕਰਦੇ ਆਂ ਵੀ ਦੂਜੀ ਸਟੇਜ ਜਦੋਂ ਬੱਚੇ ਦਾ ਬਾਲਪਨ ਆ ਜਿਹੜਾ ਉਹ 10 ਸਾਲ ਤੱਕ ਮੰਨਿਆ ਜਾਂਦਾ ਹੈ ਜੀ ਆਪਣੇ ਇਸ ਸੰਸਾਰ ਦੇ ਵਿੱਚ ਮਨੋਵਿਗਿਆਨਿਕ ਪੁਆਇੰਟ ਆਫ View ਤੋਂ ਵੀ ਤੇ ਉਂਝ ਵੀ ਅਸੀਂ ਦੇਖਦੇ ਹਾਂ ਨਾ ਤੇ ਮਹਾਰਾਜ ਉਹਨੂੰ ਐਵੇਂ ਡਿਫਾਈਨ ਕਰਦੇ ਨੇ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹਾਥਨ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸੂਦਾ ਕਰਕਾਨ ਵਣਜਾਰਿਆ ਮਿੱਤਰਾ ਦਾ ਇੱਥੇ ਨਾ ਇੱਕ ਇਹ ਲਫ਼ਜ਼ ਧਿਆਨ ਚ ਰੱਖਣ ਵਾਲੇ ਨੇ ਵੰਜਾਰਾ ਹੁੰਦਾ ਜਿਹੜਾ ਸਿਰਫ ਵਣਜ ਕਰਨ ਵਾਸਤੇ ਆਇਆ ਹੋਪਾਰ ਮਿੱਤਰ ਇਹ ਵੀ ਜਦੋਂ ਕਿਸੇ ਨੂੰ ਬੜੇ ਆਪਣੇ ਨਜ਼ਦੀਕ ਸਮਝ ਕੇ ਕੋਈ ਗੱਲ ਸਮਝਾਣੀ ਹੋਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਨੇ ਇਸ ਕਰਕੇ ਉਹ ਬੜੇ ਪਿਆਰ ਦੇ ਨਾਲ ਸਾਨੂੰ ਦੱਸਦੇ ਨੇ ਵੀ ਗੱਲ ਗੱਲ ਸਖਤ ਆ ਜੇ ਕੋ ਨੈਣ ਦੇਣੀ ਹੋਏ ਨਾ ਤੇ ਬੱਚੇ ਨੂੰ ਨਾਲ ਆ ਪਖੰਡ ਰੱਖ ਦੇ ਬਿਲਕੁਲ ਜੀ ਬਸ ਤੁਸੀਂ ਆਮੀ ਸਮਝ ਲਓ ਤਾਂ ਉਹ ਮਹਾਰਾਜ ਕਹਿੰਦੇ ਨੇ ਵੀ ਇਹ ਉਸ ਸਟੇਜ ਤੇ ਜਿਵੇਂ ਜਿਵੇਂ ਹੁਣ ਬੱਚਾ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਹਨਾ ਅੱਖਾਂ ਖੁੱਲ ਗਈਆਂ ਉਹਦੀਆਂ ਚੁਗਿਰਦਾ ਵੇਖਣ ਲੱਗ ਗਿਆ ਇੱਕ ਇੱਕ ਇਥੇ ਇੱਕ ਮੈਂ ਗੱਲ ਮੈਂਸ਼ਨ ਕਰਨੀ ਧਿਆਨ ਚ ਆ ਗਈ ਕੁਦਰਤੀ ਵੀ ਤੁਸੀਂ ਕਮਾਲ ਵੇਖੋ ਅਸੀਂ ਜਿਹੜਾ ਬਿਲੀਫ ਹੁੰਦਾ ਯਕੀਨ ਜਿਹੜਾ ਹੁੰਦਾ ਇਹ ਬਹੁਤ ਵਾਰੀ ਹੁੰਦਾ ਵੀ ਕਈ ਵਾਰੀ ਉਹ ਕਹਿੰਗੇ ਵੀ ਸਾਡਾ ਹਿਸਟਰੀ ਤੇ ਇਥੇ ਬਿਲੀਵ ਨਹੀਂ ਹੈਗਾ ਗੁਰੂ ਸਾਹਿਬ ਜੀ ਦੀ ਇਸ ਗੱਲ ਤੇ ਗੁਰਬਾਣੀ ਦੀ ਇਸ ਗੱਲ ਤੇ ਲੋਕਾਂ ਦੇ ਮਨ ਚ ਜਿਹੜਾ ਕਿੰਤੂ ਪਰੰਤੂ ਆਉਂਦਾ ਮਹ ਜੀ ਤੁਸੀਂ ਨਾ ਇੱਕ ਚਲੋ ਉਹ ਤੇ ਵੱਡੀਆਂ ਗੱਲਾਂ ਤੇ ਛੱਡੀ ਦੀ ਆਪਾਂ ਆਪਾਂ ਐਜ਼ ਹਿਊਮਨ ਬੀਿੰਗ ਆਪਣੇ ਲੈਵਲ ਤੇ ਆ ਜਾਈ ਬੱਚਾ ਪੈਦਾ ਹੁੰਦਾ ਇੱਕ ਦਿਨ ਆਪਾਂ ਵੀ ਪੈਦਾ ਹੋਏ ਸੀ ਅਸੀਂ ਅੱਖਾਂ ਖੋਲੀਆਂ ਬਾਹਰ ਦਾ ਸੰਸਾਰ ਵੇਖਣਾ ਸ਼ੁਰੂ ਕੀਤਾ ਜਿਹਦੀ ਗੋਦੀ ਚ ਸਾਂ ਅਸੀਂ ਜਿਹੜੀ ਬਹੁਤਾ ਆਪਣੇ ਗੋਦੀ ਚ ਸਾਨੂੰ ਰੱਖਦੀ ਸੀ ਉਹਨੇ ਇੱਕ ਬੰਦੇ ਵੱਲ ਇਸ਼ਾਰਾ ਕਰਕੇ ਸਾਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਆਹ ਤੇਰਾ ਪਾਪਾ ਹੈ ਤੇਰਾ ਡੈਡੀ ਹੈ ਤੇਰਾ ਬਾਪ ਹੈ ਤੇਰੇ ਪਿਤਾ ਨੇ ਆਪਾਂ ਉਹਦੇ ਉਸ ਇਸ਼ਾਰੇ ਨਾਲ ਹੀ ਉਸ ਬੰਦੇ ਨੂੰ ਉਹ ਮੰਨਣ ਲੱਗ ਗਏ ਬਿਲਕੁਲ ਠੀਕ ਹੈਗਾ ਅਸੀਂ ਅੱਜ ਤੱਕ ਉਹਦੇ ਤੋਂ ਕਦੀ ਇਹ ਸਰਟੀਫਿਕੇਟ ਨਹੀਂ ਮੰਗਿਆ ਵੀ ਡੀਐਨਏ ਵਖਾਹ ਵੀ ਮਾਂ ਵੀ ਇਹ ਪਿਓ ਮੇਰਾ ਹੀ ਹੈ ਕਿ ਨਹੀਂ ਜੀ ਜੀ ਮਤਲਬ ਕੁਦਰਤੀ ਗੱਲ ਹੈ ਬਲੀਫ ਏਡੀ ਵੱਡੀ ਚੀਜ਼ ਹੁੰਦੀ ਹੈ ਯਕੀਨ ਇਹ ਹੁੰਦਾ ਹੈ ਵੀ ਜੋ ਮਾਂ ਨੂੰ ਤਾਂ ਹੀ ਰੱਬ ਕਹਿੰਦੇ ਆ ਜੀ ਦੁਨੀਆ ਤੇ ਸਹੀ ਵੀ ਕਿਉਂਕਿ ਉਹਦੇ ਤੇ ਅਸੀਂ ਇੰਨਾ ਵੱਡਾ ਯਕੀਨ ਕਰਦੇ ਆਂ ਵੀ ਸਾਡੇ ਮਨ 'ਚ ਕਦੀ ਕੋਈ ਸ਼ੁਭਾ ਹੁੰਦਾ ਹੀ ਨਹੀਂ ਹੁਣ ਤੁਸੀਂ ਵੇਖੋ ਉਸੇ ਮਾਂ ਦੇ ਜਿਹਦਾ ਇੰਨਾ ਪ੍ਰਭਾਵ ਹੈ ਮਨੁੱਖ ਤੇ ਵੀ ਅਸੀਂ ਉਹਦੀ ਗੱਲ ਤੇ ਯਕੀਨ ਕਰਦੇ ਆਂ ਤੇ ਜੇ ਉਹਦਾ ਜੀਵਨ ਚਰਿੱਤਰ ਜਾਂ ਉਹਦੀ ਜਿਹੜੀ ਜੀਵਨ ਕਿਰਿਆ ਉਹ ਬਹੁਤ ਉੱਚੇ ਲੈਵਲ ਦੀ ਦੇਵੀ ਲੈਵਲ ਦੀ ਹੋਵੇ ਯਕੀਨਨ ਉਹਦੇ ਕੋਖ ਦੇ ਵਿੱਚੋਂ ਦੇਵਤਾ ਹੀ ਪੈਦਾ ਹੋਣਗੇ ਹੈਨਾ ਤਾਂ ਮਹਾਰਾਜ ਕੀ ਕਹਿੰਦੇ ਨੇ ਉਸ 스테ਜ ਦੇ ਉੱਤੇ ਜਿਵੇਂ ਜਿਵੇਂ ਉਹ ਡਵੈਲਪ ਹੁੰਦਾ ਉਹ ਚੁਗਿਰਦਾ ਵੇਖਦਾ ਔਰ ਉਹ ਅਬਜ਼ਰਵ ਕਰਨਾ ਹੋਰ ਸ਼ੁਰੂ ਕਰ ਦਿੰਦਾ ਬੱਚਾ ਉਹਦੀ ਰਿਸ਼ਤੇਦਾਰਾਂ ਮਿੱਤਰਾਂ ਦੀ ਜੋ ਵੀ ਉਹਦੇ ਦੁਆਲੇ ਹੁੰਦੇ ਨੇ ਉਹਨਾਂ ਸਾਰਿਆਂ ਦੀ ਉਹਨੂੰ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਰਿਐਕਟ ਕਰਦਾ ਹੈ ਨਾ ਤੇ ਉਹਦੇ ਨਾਲ ਜੁੜਦਾ ਹੈ ਉਸ 스테ਜ 10 ਸਾਲ ਦੀ 스테ਜ ਤੱਕ ਸੰਸਾਰ ਦੇ ਵਿੱਚ ਲੀਗਲੀ ਵੀ ਬੱਚੇ ਦੇ ਅਪਰਾਧ ਮਾਫ ਸਮਝੇ ਜਾਂਦੇ ਨੇ ਬਿਲਕੁਲ ਠੀਕ ਹੈ ਵੀ ਉਹਨੂੰ ਉਹਨੂੰ ਸਮਝ ਨਹੀਂ ਹੁੰਦੀ ਉਹਨੂੰ ਇਹ ਮੰਨਿਆ ਜਾਂਦਾ ਵੀ ਸੰਸਾਰ ਵੀ ਮੰਨਦਾ ਡਾਕਟਰ ਵੀ ਮੰਨਦੇ ਨੇ ਜਿਹੜੇ ਸਾਈਕੋਲੋਜਿਸਟ ਵੀ ਮੰਨਦੇ ਨੇ ਵੀ 10 ਸਾਲ ਦੀ ਏਜ ਤੱਕ ਤੁਸੀਂ ਉਹਨੂੰ ਮਾਫ਼ ਕਰ ਦਿਓ ਭਾਵੇਂ ਉਹ ਕਿੱਡਾ ਵੱਡਾ ਵੀ سنگੀਨ ਕੋਈ ਅਪਰਾਧ ਕਰ ਦੇ ਜੇ ਉਹਨਾਂ ਨੂੰ ਸੁਧਾਰ ਕਰਾਇਆ ਉਹਨਾਂ ਵਾਸਤੇ ਸੁਧਾਰ ਕਰਾਇਆ ਜਿਹੜੇ ਬਣਾਏ ਹੁੰਦੇ ਨੇ ਆਪਾਂ ਦੇਖਦੇ ਆ ਵੀ ਉਹਦੇ ਵਿੱਚ ਉਹਨਾਂ ਨੂੰ ਉਹ ਡਵੈਲਪ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਤੁਸੀਂ ਚੰਗੀ ਜ਼ਿੰਦਗੀ ਵਾਸਤੇ ਚੰਗੀ ਓਪਰਚੁਨਿਟੀ ਦੇਣ ਦੀ ਕੋਸ਼ਿਸ਼ ਮਹਾਰਾਜ ਜੀ ਵੀ ਇੱਥੇ ਕਹਿੰਦੇ ਨੇ ਵੀ ਜੈਸਾ ਬਾਲਕ ਭਾਈ ਸੁਭਾਈ ਲੱਖਾਂ ਅਪਰਾਧ ਕਮਾਵੇ ਸਰੂਪ ਦੇਸ਼ ਛਿੜਕੇ ਬਹੁ ਪਾਂਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਬਿਲਕੁਲ ਕਮਾਲ ਕਿੱਡੀ ਵੇਖੋ ਵੀ ਸੰਸਾਰ ਉਸ ਬੱਚੇ ਨੂੰ ਨਵੀਆਂ ਨਵੀਆਂ ਓਪਰਚ्युनिटीज ਦਿੰਦਾ ਔਰ ਉਹ ਨੂੰ ਕਹਿੰਦਾ ਵੀ ਤੂੰ ਪਿਛਲਾ ਸਭ ਕੁਝ ਭੁੱਲ ਜਾਗਾ ਜ਼ਿੰਦਗੀ ਨੂੰ ਉਸ ਰੂਪ ਦੇ ਵਿੱਚ ਵੇਖ ਅਧਿਆਤਮ ਵੀ ਮਨੁੱਖ ਨੂੰ ਐਵੇਂ ਹੀ ਸੁਚੇਤ ਕਰਦਾ ਹੈ ਵੀ ਮਹਾਰਾਜ ਵੀ ਐਵੇਂ ਹੀ ਸੁਚੇਤ ਕਰਦੇ ਨੇ ਵੀ ਤੂੰ ਆਪਣੇ ਬਾਲ ਜਿਹੜਾ ਬਾਲ ਵਰੇਸ ਆ ਮਤਲਬ ਅਸੀਂ ਵੀ ਅਸੀਂ ਫਿਜ਼ੀਕਲੀ ਡਿਵੈਲਪ ਹੋਈ ਜਾਂਦੇ ਹੁੰਨੇ ਆ ਸਾਡੇ ਸਾਲ ਬਸ ਉਹਦੇ ਕਾਗਜ਼ਾਂ ਦੀ ਵੱਧਦੇ ਨੇ ਬੰਦਾ ਕਈ ਵਾਰੀ ਐਵੇਂ ਕਹਿ ਲੀਏ ਵੀ ਬਾਲਪਨ ਦੀ ਦੁਨੀਆ ਛੱਡ ਜਾਂਦਾ ਜੀ ਹਨਾ ਵੀ ਉਹ ਉਹਦੇ ਚ ਮੈਚੁਰ ਹੁੰਦਾ ਹੀ ਨਹੀਂ ਤੇ ਵੱਡਾ ਹੋਣਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਪ੍ਰਮਾਤਮਾ ਤੁਹਾਨੂੰ ਇੱਕ ਓਪਰਚੁਨਿਟੀ ਦਿੰਦਾ ਰਹਿੰਦਾ ਵੀ ਜੇ ਤੁਸੀਂ ਉਸ ਪਾਸੇ ਦੇਖ ਸਕੋ ਹਨਾ ਔਰ ਇਹ ਪੇਰੈਂਟਸ ਸਕੂਲ ਵੀ ਹੁੰਦੀ ਹੈ ਜੀ ਹਮਮ ਪਰ ਪੇਰੈਂਟਸ ਪਹਿਲੇ 10 ਸਾਲਾਂ ਦੇ ਵਿੱਚ ਬੱਚਾ ਜੋ ਆਪਣੇ ਪੇਰੈਂਟਸ ਨੂੰ ਜਿਸ ਰੂਪ ਦੇ ਵਿੱਚ ਅਬਜ਼ਰਵ ਕਰਦਾ ਵੇਖਦਾ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਉਹੀ ਡਿਵੈਲਪ ਹੁੰਦੀਆਂ ਨੇ ਭਾਵੇਂ ਉਹ ਸੱਭਿਆਚਾਰਕ ਹੋਣ ਧਾਰਮਿਕ ਹੋਣ ਸਮਾਜਿਕ ਹੋਣ ਕਿਸੇ ਵੀ ਰੂਪ ਦੇ ਵਿੱਚ ਹੋਣ ਹੁਣ ਉਹਦੇ ਵਿੱਚ ਮਾਪੇ ਦੀਆਂ ਰੁਚੀਆਂ ਸ਼ਾਮਿਲ ਨੇ ਜੀ ਹਮਮ ਕਿਉਂਕਿ ਬੱਚਾ ਪਹਿਲਾਂ ਤੇ ਉਹਨਾਂ ਨੂੰ ਹੀ ਅਬਜ਼ਰਵ ਕਰ ਰਿਹਾ ਨਾ ਮੋਸਟਲੀ ਜਿਆਦਾ ਟਾਈਮ ਪਰਿਵਾਰ ਚ ਬੱਚਾ ਸਪੈਂਡ ਕਰਦਾ ਜੀ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਕਰੇ ਉਹਦੀ ਹਾਜ਼ਰੀ ਉੱਥੇ ਰਹਿੰਦੀ ਹੈ ਬਾਹਰ ਘਟ ਰਹੀਦੀ ਹੈ ਹਮਮ ਅੱਛਾ ਉਹਦੇ ਵਿੱਚ ਉਹ ਜੋ ਮਾਪੇ ਦੇ ਕਿਰਿਆ-ਕਲਾਪ ਨੇ ਹੁਣ ਮੰਨ ਲਓ ਉਹਨਾਂ ਦੀਆਂ ਜਿਹੜੀਆਂ ਰੁਚੀਆਂ ਨੇ ਬਾਬਾ ਕਈ ਵਾਰੀ ਦੇਖਦੇ ਹਾਂ ਜੇ ਉਹਨਾਂ ਉਹਨਾਂ ਦਾ ਸੁਭਾਅ ਝਗੜਾਲੂ ਹੈ ਜੇ ਉਹਨਾਂ ਦਾ ਸੁਭਾਅ ਜਿਹੜਾ ਉਹ ਧਾਰਮਿਕ ਹੈ ਨਹੀਂ ਹਨਾ ਜੇ ਉਹਨਾਂ ਦੇ ਸੁਭਾਅ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਨੈਗੇਟਿਵਿਟੀ ਪਈ ਹੋਈ ਹੈ ਬੱਚਾ ਉਹਨੂੰ ਬਹੁਤ ਛੇਤੀ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ ਉਵੇਂ ਜੇ ਬੱਚੋ ਮਲੋ ਘਰ ਦੇ ਵਿੱਚ ਜੇ ਮਾਂ ਸਹੀਮੀ ਸਹੀਮੀ ਰਹਿੰਦੀ ਹੈ ਨਾ ਉਹਦੇ ਬੱਚੇ ਕੋਈ ਦਲੇਰ ਨਹੀਂ ਹੋਣਗੇ ਜੀ ਤੁਸੀਂ ਕਿਤੇ ਚੈੱਕ ਕਰ ਲਿਓ ਜਾ ਕੇ ਹੂੰ ਹੂੰ ਸਾਈਕੋਲੋਜੀਕਲ ਇਫੈਕਟ ਹੈ ਜਿਸ ਘਰ ਦੇ ਵਿੱਚ ਮਾਂ ਜੀ ਦੀ ਜਿਹੜੀ ਪੋਜ਼ਿਟਿਵਿਟੀ ਉਹਦੀ ਉਹ ਸੋਚ ਦੀ ਹੈ ਉਹਦੇ ਅੰਦਰ ਦਲੇਰੀ ਆ ਉਹਦੇ ਉਦਿੱਪਾਂ ਉਹਦੇ ਸائے ਹੀਟ ਪਾਲਣ ਵਾਲੇ ਬੱਚਿਆਂ ਦੇ ਅੰਦਰ ਉਹ ਦਲੇਰੀ ਸੁਭਾਵਿਕ ਹੋਏਗੀ ਔਰ ਜਿੱਥੇ ਇਹ ਬੇਈਮਾਨੀ ਹੋਊਗੀ ਜੀ ਹੂੰ ਹੂੰ ਉਹ ਵੀ ਸੁਭਾਵਿਕ ਤੌਰ ਤੇ ਉਹਨਾਂ ਦੇ ਵਿੱਚ ਆਉਂਦੀ ਹੈ ਦੂਸਰਾ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਛੋਟੇ ਬੱਚਿਆਂ ਨੂੰ ਪੇਰੈਂਟਸ ਆਪਣੇ ਨਾਲ ਪਾਰਟੀਆਂ ਚ ਲੈ ਕੇ ਜਾਣਗੇ ਹਾਂ ਛੱਡਦੇ ਸਕਦੇ ਨਹੀਂ ਕਈ ਵਾਰੀ ਛੱਡ ਵੀ ਜਾਂਦੇ ਨੇ ਬਹੁਤੀ ਵਾਰੀ ਜਦੋਂ ਬੱਚਾ 5 4 ਸਾਲ ਦਾ ਹੋ ਗਿਆ ਫਿਰ ਤੁਰਨ ਫਿਰ ਲੱਗ ਗਿਆ ਉਹਨੂੰ ਨਾਲ ਲੈ ਜਾਂਦੇ ਨੇ ਜੀ ਮੇਰੀ ਕਈ ਪੇਰੈਂਟਸ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜਦੋਂ ਉਹ ਮੈਨੂੰ ਕੋਈ ਸਵਾਲ ਪੁੱਛਦੇ ਨੇ ਫਿਰ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਉਹਨਾਂ ਨੂੰ ਕਹਿਣਾ ਹੁੰਦਾ ਵੀ ਜੇ ਗੱਲ ਆਪਾਂ ਸਮਝਣੀ ਚਾਹੁੰਦੇ ਆ ਇਮਾਨਦਾਰੀ ਨਾਲ ਹਰ ਚੀਜ਼ ਦਾ ਜਵਾਬ ਦਿਓ ਸਹੀ ਹੈ ਤਾਂ ਆਪਾਂ ਜਦੋਂ ਲੜਾਈ ਹੁੰਦੀ ਹੈ ਨਾ ਜੀ ਆ ਵਕੀਲ ਕੋਲ ਜਾਉਣਾ ਤੁਸੀਂ ਹਾਂ ਹਾਂ ਵਕੀਲ ਤੁਹਾਨੂੰ ਪਹਿਲੀ ਗੱਲ ਇਹ ਜਾਂਦਾ ਵੀ ਚੇਤੇ ਦੱਸੇਗਾ ਸੱਚ ਬਿਕਾਪਾ ਕੇ ਸਾਡਾ ਮਜ਼ਬੂਤ ਹੋ ਜਾਊਗਾ ਜੇ ਵੀ ਚੁੱਕੂ ਗੱਲ ਲੁਕੋਏਗਾ ਹੈਨਾ ਫਿਰ ਅਸੀਂ ਕੁਝ ਨਹੀਂ ਕਰ ਸਕਨਾ ਡਾਕਟਰ ਵੀ ਸੇਮ ਹੁੰਦਾ ਬਿਮਾਰੀਆਂ ਨੇ ਤੁਹਾਨੂੰ ਜੋ ਕੁਝ ਮਹਿਸੂਸ ਹੁੰਦਾ ਉਹ ਤੁਹਾਨੂੰ ਕਹਿੰਦਾ ਹੁੰਦਾ ਵੀ ਇਮਾਨਦਾਰੀ ਨਾਲ ਪਹਿਲਾਂ ਮੈਨੂੰ ਸਾਰੀ ਆਪਣੀ ਆਬਜ਼ਰਵੇਸ਼ਨ ਦੱਸੋ ਵੀ ਤੁਹਾਨੂੰ ਹੈ ਕੀ ਹੈ ਵੀ ਕੀ ਕੀ ਫੀਲ ਹੁੰਦਾ ਹੈ ਜੇ ਉਹ ਫੀਲਿੰਗਸ ਤੁਸੀਂ ਉਹਦੇ ਨਾਲ ਸ਼ੇਅਰ ਕਰੋਗੇ ਉਹ ਤੁਹਾਡੀ ਬਿਮਾਰੀ ਨੂੰ ਬਹੁਤ ਜੜੋਂ ਫੜ ਸਕਦਾ ਹੈ ਧਾਰਮਿਕ ਜੀਵਨ ਦੇ ਵਿੱਚ ਐਵੇਂ ਹੀ ਹੈ ਵੀ ਜੇ ਅਸੀਂ ਆਪਣੀਆਂ ਨਲਾਇਕੀਆਂ ਨੂੰ ਆਪਣੀ 네ਗੇਟਿਵ ਅਪਰੋਚ ਨੂੰ ਬੜੀ ਗਹਿਰਾਈ ਦੇ ਨਾਲ ਮਹਿਸੂਸ ਕਰਕੇ ਡਿਸਕਸ ਕਰਦੇ ਹਾਂ ਉਹਦਾ ਸੋਲੂਸ਼ਨ ਨਿਕਲ ਸਕਦਾ ਔਰ ਜੇ ਗੁਰੂ ਮਹਾਰਾਜ ਜੀ ਦੇ ਨਾਲ ਕਰੀਏ ਤਾਂ ਮਹਾਰਾਜ ਜੀ ਦਾ ਸੋਲੂਸ਼ਨ ਤੇ ਸਾਹਮਣੇ ਪਿਆ ਜੀ ਉਹ ਤੇ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪੈਂ ਹੁਣ ਉੱਥੇ ਜਾ ਕੇ ਤੁਸੀਂ ਇਹਨੂੰ ਐਵੇਂ ਰਿਸ਼ੀ ਸਰ ਵੇਖੋ ਸਭਿਆਚਾਰ ਦੇ ਵਿੱਚ ਆਉਂਦਾ ਸਾਡੇ ਲੋਕਨਾਚ ਨੇ ਹਨਾ ਸਾਡੇ ਇੱਕ ਦੂਜੇ ਦੇ ਨਾਲ ਬੈਠਣ ਦਾ ਵਿਵਹਾਰ ਹੈ ਗੱਲਾਂ ਕਰਨ ਦਾ ਸਾਡੇ ਕੱਪੜੇ ਨੇ ਹਨਾ ਬਹੁਤ ਸਾਰਾ ਕੀਦਾ ਜੁੜਦਾ ਹੈ ਸਭਿਆਚਾਰ ਦੇ ਵਿੱਚ ਸਭਿਆਚਾਰ ਦੇ ਨਾਂ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਸਭਿਆਚਾਰ ਤੋਂ ਬਿਲਕੁਲ ਵੱਖਰਾ ਹੀ ਹੈ ਜਦੋਂ ਆਪਾਂ ਪੰਜਾਬੀ ਸੱਭਿਆਚਾਰ ਦੀ ਜਾਂ ਆਪਣਾ ਗੁਰਮਤ ਸੱਭਿਆਚਾਰ ਦੀ ਗੱਲ ਕਰਦੇ ਆ ਉਹ ਵੈਸਟਰਨ ਦੇ ਨਾਲ ਬਿਲਕੁਲ ਕੰਬਾਈਨਡ ਹੈ ਮੋਸਟਲੀ ਉਹਦੇ ਵਿੱਚ ਕੱਪੜੇ ਜਾਂ ਬਾਹਰੀ ਵਿਵਹਾਰ ਤੇ ਸਾਡਾ ਉਹ ਪੰਜਾਬੀ ਕਲਚਰ ਵਾਲਾ ਮਹਿਸੂਸ ਹੁੰਦਾ ਪਰ ਉਹਦੇ ਜਿੰਨੇ ਵੀ ਉਹਦੇ ਪ੍ਰਭਾਵ ਨੇ ਉਹ ਸਾਰੇ ਵੈਸਟਰਨ ਨੇ ਹਮ ਇੱਕ ਪਿੱਛੇ ਜੀ ਕਿਸੇ ਬੱਚਿਆਂ ਦੇ ਫਾਦਰ ਸਾਹਿਬ ਮੈਨੂੰ ਮਿਲੇ ਮੈਰੀ ਉਹਨਾਂ ਦੇ ਨਾਲ ਗੱਲ ਹੁੰਦੀ ਮੇਰੇ ਫਰੈਂਡ ਵਾਂਗੂ ਹੀ ਨਹੀਂ ਇਸ ਕਰਕੇ ਮੈਂ ਉਹਨਾਂ ਨਾਲ ਬਿਲਕੁਲ ਸਪਸ਼ਟ ਖੁੱਲੀਆਂ ਗੱਲਾਂ ਕੀਤੀਆਂ ਹਨ ਤਾਂ ਉਹਨਾਂ ਨੇ ਵੀ ਮੈਂ ਜੀ ਤੁਸੀਂ ਮੈਨੂੰ ਇੱਕ ਗੱਲ ਇਮਾਨਦਾਰੀ ਨਾਲ ਦੱਸੋ ਵੀ ਤੁਸੀਂ ਉਹ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜਿਹੜੀ ਤੁਸੀਂ ਬੱਚਿਆਂ ਵਾਸਤੇ ਸੋਚਦੇ ਹੋ ਹਾਂ 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 ਆਪਾਂ ਜਾਣੇ ਨਾ ਵੀ ਮੇਰਾ ਬੱਚਾ ਜੀ ਬਹੁਤ ਸੋਹਣਾ ਚੰਗੇ ਗੁਣਾਂ ਵਾਲਾ ਹੋਵੇ ਬੜਾ ਗੁਰਮਤ ਵਾਲਾ ਹੋਵੇ ਹਨਾ ਮੈਂ ਜੀ ਤੁਸੀਂ ਖੁਦ ਚਾਹੁੰਦੇ ਹੋਵੇਂ ਤੁਸੀਂ ਕਦੀ ਅੰਮ੍ਰਿਤ ਵੇਲੇ ਉੱਠੇ ਹੋ ਕਦੀ ਤੁਸੀਂ ਉੱਠ ਕੇ ਬਾਣੀ ਪੜ੍ਹੀਏ ਕਦੀ ਤੁਸੀਂ ਬੱਚੇ ਦੇ ਸਾਹਮਣੇ ਐਵੇਂ ਪੇਸ਼ ਕੀਤਾ ਵੀ ਮੈਂ ਸੰਗਤ ਚ ਜਾਣਾ ਹੈ ਮੈਂ ਚੰਗੇ ਪਾਸੇ ਜਾਣਾ ਹੈ ਜਦੋਂ ਆਪਾਂ ਮਹਿਫਲਾਂ ਦੇ ਵਿੱਚ ਜਾਂਦੇ ਆਂ ਪਾਰਟੀਆਂ ਦੇ ਵਿੱਚ ਜਾਂਦੇ ਆਂ ਉਦੋਂ ਸਾਡਾ ਵਿਵਹਾਰ ਕਿਵੇਂ ਦਾ ਹੁੰਦਾ ਹੈ ਜਦੋਂ ਤੁਸੀਂ ਬਰਥਡੇ ਸੈਲੀਬ੍ਰੇਟ ਕਰਦੇ ਹੋ ਆਪਣੇ ਫਰੈਂਡਸ ਸਰਕਲ ਦੇ ਵਿੱਚ ਜਾ ਕੇ ਉਦੋਂ ਤੁਹਾਡਾ ਵਿਵਹਾਰ ਕਿਵੇਂ ਦਾ ਹੁੰਦਾ ਆਂਦਾ ਜੀ ਉੱਥੇ ਜਾ ਕੇ ਤੇ ਕਰੀਦਾ ਵੀ ਜਿੱਥੇ ਟੇਬਲ ਤੇ ਬੈਠੇ ਹੋਏ ਨਾ ਜਵਾਕਾਂ ਨੂੰ ਝਿੜਕੀਦਾ ਭੱਜੋ ਪਰਾਂ ਜਾ ਕੇ ਖੇਡੋ ਹਾਂ ਬਿਲਕੁਲ ਠੀਕ ਹੈ ਹੈਨਾ ਵੀ ਇਹ ਤਾਂ ਮਤਲਬ ਵੀ ਅਸੀਂ ਵਾਸਨਾਵਾਂ ਭੋਗਣੀਆਂ ਚਾਹਨੇ ਆ ਅਸੀਂ ਜ਼ਿੰਦਗੀ ਦਾ ਹਰ ਉਹ ਨੈਗੇਟਿਵ ਕੰਮ ਕਰਨਾ ਚਾਹਨੇ ਆ ਜਿਹਦੇ ਵਿੱਚ ਸਾਨੂੰ ਰਸ ਮਹਿਸੂਸ ਹੁੰਦਾ ਹੈ ਸਾਡੀ ਲਾਈਫ ਹੋਵੇ ਔਰ ਅਸੀਂ ਚਾਹਨੇ ਵੀ ਜੁਹਾਗ ਸਾਡੇ ਸਾਥ ਹੋ ਜਾਣ ਇਹ ਬੜੇ ਸਾਤਵਿਕ ਚੇਤਨਾ ਵਾਲੇ ਹੋਣ ਇਹਨਾਂ ਦੇ ਅੰਦਰ ਬਹੁਤ ਪੋਜ਼ਿਟਿਵਿਟੀਜ਼ ਹੋ ਜਾਣ ਕਿਵੇਂ ਹੋ ਜਾਣਗੀਆਂ ਉੱਥੇ ਵੇਖਦੇ ਬੱਚੇ ਹੁਣ ਮੰਨ ਲਓ ਤੁਸੀਂ ਪਾਰਟੀ ਦੇ ਵਿੱਚ ਗਏ ਉੱਥੇ ਆਪਾਂ ਬੱਚਿਆਂ ਨੂੰ ਤੇ ਘਰ ਸਮਝਾ ਰਹੇ ਆਂ ਵੀ ਐਵੇਂ ਬਾਹਰ ਜਾ ਕੇ ਲੋਕਾਂ ਦੇ ਸਾਹਮਣੇ ਨੱਚੀਦਾ ਨਹੀਂ ਹੈਨਾ ਵੀ ਉੱਥੇ ਜਾ ਕੇ दारू ਨਹੀਂ ਪੀਣੀ ਜੀ ਉੱਥੇ ਹਾ ਨਹੀਂ ਖਾਣਾ ਉੱਥੇ ਹਾ ਨਹੀਂ ਕਰਨਾ ਹੁਣ ਜਦੋਂ ਉੱਥੇ ਮਾਹੌਲ ਬਣ ਗਿਆ ਤੁਸੀਂ ਜਾ ਕੇ ਆਪ ਉੱਥੇ ਨੱਚਣ ਲੱਗ ਗਏ ਹੈਨਾ ਜਿਹੜੀ ਚੀਜ਼ ਤੁਸੀਂ ਉਹਨਾਂ ਦੇ ਸਾਹਮਣੇ ਆਪ ਕਰ ਲਈ ਤੁਸੀਂ ਉਹਦੇ ਪ੍ਰਤੀ ਬੱਚੇ ਨੂੰ ਕਹਿ ਸਕੋਗੇ ਵੀ ਹਾ ਨਹੀਂ ਕਰਨੀ ਨੈਵਰ ਯਾ ਵੇ ਇਹ ਹੋ ਨਹੀਂ ਸਕਦਾ ਹੁੰਦਾ ਅਰ ਅਸੀਂ ਜਿਹੜੇ ਆ ਨਾ ਸਾਡਾ ਸਮਾਜ ਦੇ ਵਿੱਚ ਮਨੁੱਖ ਦੀ ਐਵੇਂ ਦੀ ਸਥਿਤੀ ਹੈ ਵੀ ਉਹ ਚੰਦਾ ਹੈ ਵੀ ਮਹਾਰਾਜੇ ਨੂੰ ਐਵੇਂ ਕਹਿੰਦੇ ਨੇ ਬੀਜੇ ਬਿਖ ਮੰਗਾਏ ਅੰਮ੍ਰਿਤ ਵੇਖੋ ਇਹਨਾਂ ਆ ਹਾਂ ਜ਼ੇਰ ਬੀਜ ਕੇ ਅਸੀਂ ਅਮਰਿਤਪਾਲ ਦੇ ਆ ਅਮਰਿਤਪਾਲ ਤੇ ਆ ਇੱਕ ਬਾਬਾ ਫਰੀਦ ਜੀ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਉਹ ਕਹਿੰਦੇ ਨੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਲੋੜ ਹੈ ਦਾਖ ਬਿਜੂਰੀਆ ਕਿੱਕਰ ਬੀਜਾ ਜੱਟ ਕਿੱਕਰ ਬੀਜਾ ਜੱਟ ਹੰਡਾ ਉਹਨਾਂ ਕਤਾਈਂ ਦਾ ਪੈਦਾ ਲੋੜ ਹੈ ਪੱਟ ਵੀ ਮਨੁੱਖ ਦੀ ਆਪਣੇ ਪ੍ਰਤੀ ਹੀ ਵਫਾਦਾਰੀ ਜੀ ਨਹੀਂ ਹੈਗੀ ਇੱਕ ਜੱਟ ਨੇ ਕਿੱਕਰ ਬੀਜੇ ਨੇ ਤੇ ਉਹ ਸੋਚਦਾ ਵੀ ਇਹਨੂੰ ਦਾਖਾਂ ਲੱਗ ਜਾਣ ਹੂੰ ਹੂੰ ਇੱਕ ਜਿਹੜਾ ਪੈਂਦਾ ਹੈ ਉਹ ਰੂਮ ਕੱਤਣ ਵਾਲੇ ਜਿਹੜੇ ਨੇ ਉਹ ਉਹ ਸੋਚਦਾ ਹੈ ਵੀ ਮੈਂ ਲੋਗੜ ਰੂ ਨੂੰ ਤੇ ਖੱਤਾਂ ਤੇ ਕ੍ਰਿਸ਼ਨ ਬਾਂਜੇ ਹਾਂ ਵੀ ਇਹ ਸੰਭਾਵਨਾ ਹੈ ਨਹੀਂ ਹੁਣ ਤੀਜੇ ਤੀਜਾ ਜਿਹੜਾ ਪੈਰਾ 10 ਤੋਂ ਮੰਨ ਲਓ ਜਿਹੜੀ 18 ਸਾਲ ਦੀ ਏਜ ਹੈ ਜੀ ਉਹਦੇ ਵਿੱਚ ਗੁਰਬਾਣੀ ਉਸ ਪਾਸੇ ਜਿਹੜਾ ਇਸ਼ਾਰਾ ਕਰਦੀ ਮਹਾਰਾਜ ਕਹਿੰਦੇ ਨੇ ਉਹ ਹੈ ਤੀਜੇ ਪੈਰੇ ਰੈਣਕੇ ਵਨਜਾਰਿਆ ਮਿੱਤਰਾ ਤਨ ਜੋਬਨ ਸਿਉ ਚਿੱਤ ਤਨ ਤੇ ਜੋਬਨ ਦੋ ਵੱਡੀਆਂ ਖਤਰਨਾਕ ਚੀਜ਼ਾਂ ਨੇ ਜੀ ਅੱਛਾ ਵੇਖੋ ਅਸੀਂ ਹੁਣ ਫਸਟ ਬੱਚੇ ਸਾਨੂੰ ਕੀ ਅਬਜ਼ਰਵ ਕਰ ਰਹੇ ਨੇ ਵੀ ਅਸੀਂ ਕੀ ਕਮਾ ਰਹੇ ਹਾਂ ਧਰਮ ਕੇ ਤਨ ਸਹੀ ਸਿੱਧੀ ਗਲਤ ਤਨ ਜੀ ਵੀ ਸਾਡਾ ਮਟੀਰੀਅਲਿਸਟਿਕ ਮਾਈਂਡ ਆ ਅਸੀਂ ਉਵੇਂ ਹੀ ਆਪਣੇ ਆਪ ਨੂੰ ਡਿਵੈਲਪ ਕਰਦੇ ਆ ਅਰ ਅਸੀਂ ਉਹਦੇ ਵਾਸਤੇ ਕੋਈ ਕੰਪਰੋਮਾਈਜ਼ ਕੰਪਰੋਮਾਈਜ਼ ਨਹੀਂ ਕਰਦੇ ਕੰਪਰੋਮਾਈਜ਼ ਕਰਨਾ ਵੀ ਬੱਚਿਆਂ ਨੂੰ ਟਾਈਮ ਦੇਣਾ ਉਹਦੇ ਵਿੱਚੋਂ ਕੱਢ ਕੇ ਉਹ ਅਸੀਂ ਕਰਨੀ ਨਹੀਂ ਦੇਣਾ ਵੀ ਹੈ ਨਹੀਂ ਤੋਂ ਮਹਾਰਾਜ ਕਹਿੰਦੇ ਨੇ ਹਰ ਕਾ ਨਾਮ ਨ ਚੇਤ ਹੈ ਬਣ ਜਾ ਰਿਹਾ ਮਿੱਤਰਾ ਵੱਧਾ ਛੁੱਟੈ ਜਿੱਤ ਧਰਮ ਵਾਲੇ ਪਾਸੇ ਦਾ ਤੇ ਮਤਲਬ ਹੀ ਨਹੀਂ ਜੀ ਉੱਥੇ ਜੀ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸਿਉ ਚੇਤ ਜਦੋਂ ਮਹਾਰਾਜ ਕਹਿੰਦੇ ਨੇ ਧਨ ਤੇ ਜੋਬਨ ਸਿਉ ਚੇਤ ਦੈਟ ਮੀ ਇਹਨੀ ਬੁੱਧੀ ਡਵੈਲਪ ਹੋ ਗਈ ਇਸ ਰੂਪ ਦੇ ਵਿੱਚ ਇੱਕ ਤੇ ਉਹ ਧਨ ਪ੍ਰਾਪਤ ਕਰਨਾ ਚਾਹੁੰਦਾ ਉਹਨੂੰ ਪਤਾ ਵੀ ਇਹਦੇ ਨਾਲ ਵਾਸਨਾਵਾਂ ਜਿਹੜੀਆਂ ਨੇ ਉਹਨਾਂ ਦਾ ਪੂਰਤੀ ਕੀਤੀ ਜਾ ਸਕਦੀ ਹੈ ਖੋਖੀਆਂ ਜਾ ਸਕਦੀਆਂ ਨੇ ਇੱਕ ਮੈਂ ਛੋਟਾ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਅ ਪਿੱਛੇ ਜੀ ਨਾ ਫਿਲਮ ਆਈ ਜਿਆ ਬ ਜਿਹੜੀ ਪੰਜਾਬੀ ਹਿਸਟਰੀ ਤੇ ਬਣੀ ਹੈ ਨਾ ਚਲੋ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਆਪਣਾ ਫੀਲਡ ਧਰਮ ਵਾਲਾ ਹੈ ਤੇ ਉਹ ਕੋਈ ਸਤਨ ਉਹ ਪਰਿਵਾਰ ਸਾਰਾ ਨਾ ਆਪਣੇ ਇੱਥੋਂ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਆਪਣੇ ਉਹ ਵੇਖਣ ਵਾਸਤੇ ਇੰਡੀਆ ਦੀ ਵੀ ਆਪਾਂ ਖਬਰਾਂ ਦੇਖੀਆਂ ਵੀ ਉਹ ਲੋਕੀ ਸਾਰੇ ਦੇ ਸਾਰੇ ਗਏ ਵੇਖਣ ਗਏ ਉੱਥੇ ਤੇ ਉਹਨਾਂ ਨੇ ਵੇਖਿਆ ਤੇ ਮੈਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਉਹਦੇ ਵਿੱਚੋਂ ਕੀ ਵੇਖਿਆ ਹੂੰ ਹੂੰ ਉਹ ਕਹਿੰਦੇ ਜੀ ਉਹ ਤੇ ਹਿਸਟਰੀ ਤੇ ਬਣੀ ਬਹੁਤ ਵਧੀਆ ਹੈ ਹਨਾ ਹੂੰ ਹੂੰ ਮੈਂ ਵੀ ਜਿਹੜੀ ਸਿੱਖ ਹਿਸਟਰੀ ਆ ਉਹ ਰੀਅਲ ਆ ਕਿ ਉਹ ਨਾਟਕ ਹੈ ਜੀ ਪਹਿਲਾਂ ਤੇ ਤੁਹਾਨੂੰ ਇਹ ਫਰਕ ਪਤਾ ਹੋਣਾ ਚਾਹੀਦਾ ਕਮਲੀ ਹਿਸਟਰੀ ਨਾਟਕ ਨਹੀਂ ਹੁੰਦੀ ਹੁੰਦੀ ਦੂਸਰੀ ਜਿਹੜੇ ਹਿਸਟਰੀ ਦੇ ਕਿਰਦਾਰ ਨੂੰ ਨਿਭਾਣ ਵਾਲਾ ਹੁੰਦਾ ਕੋਈ ਵੀ ਉਹ ਐਕਟਰ ਹੈ ਉਹ ਖੋਦੀ ਪਹਿਲਾਂ ਹੀ ਕਹਿ ਦਿੰਦੇ ਹੁੰਦੇ ਨੇ ਉੱਤੇ ਮੈਂ ਜਿਹੜੀ ਸਕਰੀਨ ਦੇ ਉੱਤੇ ਸਭ ਤੋਂ ਪਹਿਲੀ ਐਡਵਰਟਾਈਜ਼ਮੈਂਟ ਹੁੰਦੀ ਹੈ ਨਾ ਉਹ ਇਹ ਹੀ ਹੁੰਦੀ ਹੈ ਵੀ ਇਹ ਸਾਰਾ ਭਾਈ ਕਾਲਪਨਿਕ ਆ ਅਸੀਂ ਇਹਦੇ ਵਿੱਚ ਬਹੁਤ ਕੁਝ ਐਡ ਕੀਤਾ ਹੋਇਆ ਤੇ ਅਸੀਂ ਇਹਨੂੰ ਸਿਰਫ ਐਕਟ ਕਰ ਰਹੇ ਹਾਂ ਤੇ ਕਦੀ ਕੋਈ ਇਰ ਰੀਅਲ ਚੀਜ਼ ਜਿਹੜੀ ਹੈ ਉਹ ਤੁਹਾਨੂੰ ਰੀਅਲ ਐਕਸਪੀਰੀਅੰਸਿਸ ਕਰਵਾ ਸਕਦੀ ਹੈ ਹਮਮ ਜਵਾਬ ਸੀ ਨਹੀਂ ਯਾ ਨਹੀਂ ਕਰਾ ਸਕਦੀ ਹੈ ਨਾ ਵੀ ਇਹ ਕੁਦਰਤੀ ਹੈ ਕੁਈ ਰੀਅਲ ਚੀਜ਼ ਜਿਹੜੀ ਆ ਤੁਹਾਨੂੰ ਰੀਅਲ ਐਕਸਪੀਰੀਅੰਸ ਕਰਵਾਏ ਹੀ ਨਹੀਂ ਸਕਦੀ ਹੁੰਦੀ ਦੂਜਾ ਤੁਸੀਂ ਉੱਥੇ ਇੰਨੇ ਪੈਸੇ ਖਰਚ ਕੇ ਗਏ ਕਦੀ ਤੁਸੀਂ ਇਹ ਸੋਚਿਆ ਵੀ ਅੱਜ ਅਸੀਂ ਸੰਗਤ ਚ ਜਾਣਾ ਹੈ ਉਹਨੇ ਹੀ ਪੈਸੇ ਅਸੀਂ ਜਾ ਕੇ ਹੁਣ ਗੁਰਦੁਆਰੇ ਦੀ ਗੋਲਕ ਚ ਪਾਣੇ ਨੇ ਜਾਂ ਉਹਨੇ ਹੀ ਪੈਸੇ ਅਸੀਂ ਉੱਥੇ ਜਿਹੜੇ ਬੁਲਾ ਰਹੇ ਨੇ ਉਹਨਾਂ ਨੂੰ ਦੇਣੇ ਨੇ ਇੱਕ ਪਾਸੇ ਤੇ ਉਹ ਜਾਣਾ ਪ੍ਰੋਡਿਊਸਰਸ ਦੀ ਡਾਇਰੈਕਟਰਸ ਦੀ ਐਕਟਰਸ ਦੇ ਕੋਲ ਜਿਹੜੇ ਵਾਸ ਨਵਾਂ ਵੰਡਦੇ ਨੇ ਇੱਕ ਪਾਸੇ ਜਾਣਾ ਹੈ ਉਹਨਾਂ ਦੇ ਜਿਨ੍ਹਾਂ ਨੇ ਤੁਹਾਨੂੰ ਅਧਿਆਤਮਿਕ ਜੀਵਨ ਦੀਆਂ ਗੱਲਾਂ ਸੁਣਾਉਣੀਆਂ ਨੇ ਉਹਨਾਂ ਦੇ ਬੱਚਿਆਂ ਦਾ ਕੋਈ ਅਧਿਆਤਮਿਕ ਜੀਵਨ ਬਣੇਗਾ ਹਨਾ ਜੇ ਗੋਲਕ ਚ ਜਾਣਗੇ ਤੇ ਉਹ ਕਿਸੇ ਵਾਸਤੇ ਰੋਟੀ ਬਣੇਗੀ ਕਿਸੇ ਵਾਸਤੇ ਲੰਗਰ ਤਿਆਰ ਹੋਊਗਾ ਕੁਝ ਹੋਊਗਾ ਕਦੀ ਮਨ ਚ ਐਵੇਂ ਖਿਆਲ ਆਇਆ ਨਹੀਂ ਕਦੇ ਉਹ ਕਹਿੰਦੇ ਵੀ ਨਹੀਂ ਮੈਂ ਜੀ ਉੱਥੇ ਆਪਣਾ ਉਹ ਇੰਡੀਆ ਵਾਲਾ ਹਿਸਾਬ ਵੀ 1 ਰੁਪਿਆ ਗੋਲਕ ਚ 5 ਰੁਪਏ ਆਪਾਂ ਉਹਨਾਂ ਦੇ ਸਾਹਮਣੇ ਰੱਖਨੇ 5 ਡਾਲਰ ਹਨਾ ਤਾਂ ਕਦੀ ਜੇ ਇਹ ਪੋਜੀਟਿਵ ਹੁੰਦਾ ਹੈ ਜੇ ਇੱਕ ਦਿਨ ਤੁਸੀਂ ਬੱਚਿਆਂ ਦੇ ਸਾਹਮਣੇ ਐਵੇਂ ਕਰੋ ਵੀ ਬੱਚੇ ਜੇ ਬੱਚੇ ਕਹਿਣ ਵੀ ਅਸੀਂ ਫਨ ਕਰਨ ਜਾਣਾ ਤੁਸੀਂ ਜਾਓ ਜੀ ਇੱਕ ਦਿਨ ਬੱਚੇ ਆਪਾਂ ਹੁਣ ਆਪਾਂ ਮੰਦਿਰ ਜਾਣਾ ਹੈ ਮਸਜਿਦ ਜਾਣਾ ਹੈ ਜਾਂ ਆਪਾਂ ਕੋਈ ਵਧੀਆ ਕੰਮ ਕਰਨ ਵਾਸਤੇ ਜਾਣਾ ਤੁਸੀਂ ਸਾਡੇ ਨਾਲ ਚੱਲੋ ਆਪਾਂ ਉੱਥੇ ਇੰਨਾ ਕੁਝ ਇੰਨਾ ਜਿਹੜਾ ਉਹ ਸਪੈਂਡ ਕਰਨਾ ਟਾਈਮ ਇੰਨਾ ਉੱਥੇ ਲਾਣਾ ਹੈ ਨਾ ਵੀ ਜਦੋਂ ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋ ਤੁਹਾਡੀ ਵੀ ਮੰਨਣ ਤੁਸੀਂ ਜਾਓ ਉਦੋਂ ਫਿਰ ਉਹਨਾਂ ਨੂੰ ਪੁੱਛੋ ਵੀ ਇੱਥੋਂ ਕੀ ਫਿਲਦਾ ਹੈ ਯਾ ਇੱਕ ਬੜੀ ਇੱਕ ਮਨੋਵਿਗਿਆਨੀ ਸਨ ਉਹਨਾਂ ਨੇ ਇਹ ਗੱਲ ਸੋਹਣੀ ਕਹੀ ਉਹ ਕਹਿੰਦੇ ਵੀ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਇੱਥੇ ਨਾ ਸਾਡਾ ਇਹ ਕੁਦਰਤੀ ਹੈ ਜੀ ਇੱਥੋਂ ਦਾ ਮਾਹੌਲ ਹੋਰ ਤਰ੍ਹਾਂ ਦਾ ਵੀ ਉਹ ਲੋਕੀ ਜਦੋਂ ਲੌਂਗ ਵੀਕ ਐਂਡ ਆਜੇ ਜਾਂ ਚਾਰ ਛੁੱਟੀਆਂ ਹੁਣ ਉਦੋਂ ਚਲੋ ਜੀ ਉਸੇ ਟਾਈਮ ਹੀ ਉਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਹੁੰਦੀ ਹੈ ਵੀ ਆਪਾਂ ਉੱਥੇ ਪਹਾੜਾਂ ਤੇ ਜਾਣਾ ਜੀ ਆਪਾਂ ਹਾਈਕਿੰਗ ਕਰਨੀ ਆ ਉਹ ਕਰਨਾ ਉਹਦੇ ਵਿੱਚ ਪੋਜ਼ਿਟਿਵਿਟੀ ਕੀ ਆ ਅਧਿਆਤਮਿਕਤਾ ਕਿੱਥੇ ਆ ਉੱਥੇ ਆਪਾਂ ਲੱਭ ਕੇ ਕੀ ਹੁੰਦੇ ਆ ਕਦੀ ਆ ਕੇ ਬਹਿ ਕੇ ਗੱਲ ਸੁ ਕੀਤੀ ਹੈ ਵੀ ਆਪਾਂ ਨੂੰ ਕੀ ਲੱਭਿਆ ਉਹਦੇ ਵਿੱਚੋਂ ਉਸ ਤੋਂ ਬਾਅਦ ਹਾਂ ਚਰਚਾ ਤਾਂ ਅਸੀਂ ਕਰਦੇ ਨਹੀਂ ਵੀ ਉਹਦਾ ਉਹਦੇ ਵਿੱਚੋਂ ਕੀ ਖੱਟਿਆ ਉਹ ਉਹ ਮਨੋਵਿਗਿਆਨੀ ਜਿਹੜੇ ਨੇ ਉਹਨਾਂ ਨੇ ਬੜੀ ਸੋਣੀ ਉਹਨਾਂ ਨੇ ਕਿਤਾਬ ਲਿਖੀ ਪੂਰੀ ਬੱਚਿਆਂ ਦੀ ਪਰਵਰਿਸ਼ ਤੇ ਉਹ ਕਹਿੰਦੇ ਨੇ ਵੀ ਉੱਥੇ ਉਦੋਂ ਤੁਸੀਂ ਐਵੇਂ ਕਰੋ ਕਹਿੰਦਾ ਵੀ ਜਦੋਂ ਵੀ ਉਹ ਤੇ ਸਮਰਦੀਆਂ ਛੁੱਟੀਆਂ ਬਾਰੇ ਵੀ ਕਹਿੰਦਾ ਕਹਿੰਦਾ ਵੀ ਉਦੋਂ ਤੁਸੀਂ ਬੱਚਿਆਂ ਨੂੰ ਬਚਾਏ ਇਹਦੇ ਕੀ ਉਹ ਸਿਰਫ ਫਾਨੀ ਕਰਨਾ ਹੂੰ ਹੂੰ ਉਹਨਾਂ ਨੂੰ ਕੋ ਵਧੀਆ ਟੀਚਰ ਦਿਓ ਯਾ ਉਹਨੂੰ ਵਧੀਆ ਪ੍ਰੋਗਰਾਮਸ ਦਿਓ ਹਨਾ ਵੀ ਹੌਣ ਤਾਂ ਅੱਜ ਦਾ ਜਿਹੜਾ ਸਮਾਜ ਆ ਉਹਦੇ ਵਿੱਚ ਬਹੁਤ ਕੁਝ ਹੈ ਸਾਡੇ ਕੋਲ ਜਿਦੇ ਵਿੱਚ ਅਸੀਂ ਪੋਜੀਟਿਵ ਵੀ ਵੰਡ ਸਕਦੇ ਹਾਂ ਪਰ ਜਦੋਂ ਸਾਡੀ ਇੰਟੈਂਸ਼ਨ ਵਾਸਨਾਤਮਕ ਹੈ ਪੇਰੈਂਟਸ ਦੀ ਵਾਸਨਾਤਮਕ ਹੈ ਤਾਂ ਕੁਦਰਤੀ ਤੌਰ ਤੇ ਬੱਚਿਆਂ ਦੀ ਉਹਦੀ ਉਹਦੀ ਬਣੇਗੀ ਬਣੇਗੀ ਹੈਨਾ ਤਾਂ ਜਿਹੜਾ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਇਹ ਤੇ ਤੁਹਾਡਾ ਸਭ ਤੋਂ ਵੱਡਾ ਦੋਸਤ ਵੀ ਹੈ ਤੇ ਉਹ ਸਭ ਤੋਂ ਵੱਡਾ ਦੁਸ਼ਮਣ ਵੀ ਬਿਲਕੁਲ ਠੀਕ ਹੈ ਤੁਹਾਡਾ ਹੈਨਾ ਆਪਾਂ ਜਿਵੇਂ ਥੋੜੀ ਜਿਹੀ ਪਹਿਲਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਨੂੰ ਮੋਬਾਈਲ ਫੜਾਤਾ ਤੇ ਮਾਂ ਪੇ ਬਸ ਆਪਣੀ ਜ਼ਿੰਮੇਵਾਰੀ ਤੋਂ ਫਰਗ ਹੋ ਗਏ ਅਸੀਂ ਜਦੋਂ ਬੱਚਿਆਂ ਨੂੰ ਗਲਤ ਖੁਰਾਕ ਦੇ ਰਹੇ ਆ ਭਾਵੇਂ ਉਹ ਮਾਨਸਿਕ ਹੈ ਬੌਧਿਕ ਹੈ ਫਿਜ਼ੀਕਲ ਹੈ ਸੋਸ਼ਲ ਪੁਆਇੰਟ ਆਫ View ਤੋਂ ਅਸੀਂ ਨੁਕਸਾਨ ਕਿਦਾ ਕਰ ਰਹੇ ਆ ਜੀ ਬਿਲਕੁਲ ਠੀਕ ਹੈ ਹਾਂ ਅਸੀਂ ਆਪਣਾ ਆਪ いや ਤੁਸੀਂ ਆਪਣਾ ਖੁਦ ਆਪਣੀ ਆਪਣੀ ਪੀੜੀ ਦਾ ਆਪਣੇ ਬੱਚਿਆਂ ਦਾ ਆਪਾਂ ਉਹਨਾਂ ਦਾ ਹੀ ਨੁਕਸਾਨ ਕਈ ਵਾਰੀ ਤੇ ਅਸੀਂ ਉਹਦੇ ਤੇ ਪ੍ਰਾਊਡ ਫੀਲ ਕਰ ਗਿਆ ਇੱਕ ਦਿਨ ਨਾ ਬੜੀ ਕਮਾਲ ਦੀ ਗੱਲ ਸੀ ਕੋਈ ਡਾਇਲੌਗ ਸੀ ਕਿਤੇ ਉਹ ਕੁਦਰਤੀ ਤੌਰ ਤੇ ਮੇਰੇ ਸਾਹਮਣੇ ਆ ਗਿਆ ਉਹ ਕਹਿੰਦਾ ਵੀ ਬੁਰਾ ਹੋਣਾ ਵੱਖਰੀ ਚੀਜ਼ ਹੈ ਬੁਰੇ ਹੋਣ ਤੇ ਪ੍ਰਾਊਡ ਕਰਨਾ ਹਾਂ ਦੇ ਤੇ ਇਹ ਤਾਂ ਨਵੀਂ ਨਵੇਕਲੀ ਗੱਲ ਸਿੱਖ ਲਈ ਯਸ ਇਹ ਆਪਾਂ ਕਿੱਥੇ ਮੌਜ ਗਏ ਹੈ ਨਾ ਵੀ ਅਸੀਂ ਗਲਤ ਕਰਦੇ ਹਾਂ ਅਸੀਂ ਉਹਨੂੰ ਪ੍ਰਾਊਡਲੀ ਅਗਾ ਸ਼ੇਅਰ ਵੀ ਕਰਦੇ ਹਾਂ ਫਿਰ ਬੱਚਿਆਂ ਦੇ ਨਾਲ ਵੀ ਤੁਸੀਂ ਆਪ ਸੋਚੋ ਵੀ ਉਹਦੇ ਵਿੱਚ ਕੋ ਪੋਜ਼ਿਟਿਵ ਆਪਟੀ ਆਉਣ ਦੀ ਸੰਭਾਵਨਾ ਹੈ ਹਾਂ ਮਹਾਰਾਜ ਕਹਿੰਦੇ ਨੇ ਵੀ ਜੇ ਜੋ ਕੁਝ ਸੀ ਜਿਉਣਾ ਸਿਖਾਣਾ ਚਾਹੁੰਦੇ ਆਂ ਜੀ ਰਿਸ਼ੀ ਸਰ ਜਿੱਥੇ ਸਾਡੀ ਗੱਲ ਆਪਾਂ ਵਿਰਾਮ ਦਿਆਂਗੇ ਬੜਾ ਵੱਡਾ ਸੰਸਾਰ ਹੈ ਉਹ ਤੁਹਾਨੂੰ ਪਹਿਲਾਂ ਜਿਉਣਾ ਪਏਗਾ ਜੀ ਹਾਂ ਹਾਂ ਇਹ ਕੁਦਰਤੀ ਹੈ ਜੀ ਕਿ ਤੁਸੀਂ ਡਾਕਟਰ ਕੋਲ ਟਰਜੋ ਮਨੋਵਿਗਿਆਨੀ ਕੋਲ ਟਰਜੋ ਤੁਸੀਂ ਕਿਸੇ ਗੁਰੂ ਕੋਲ ਟਰਜੋ ਕਿਸੇ ਸਾਧ ਕੋਲ ਟਰਜੋ ਭਾਵੇਂ ਮਹਾਰਾਜ ਜੀ ਦੇ ਗੁਰਬਾਣੀ ਦੇ ਕੋਲ ਚਲੇ ਜਾਓ ਤੁਸੀਂ ਮਹਾਰਾਜ ਤੁਹਾਨੂੰ ਇਹ ਕਹਿਣਗੇ ਵੀ ਪਹਿਲਾਂ ਉਹ ਤੈਨੂੰ ਪਈ ਜਿਉਣਾ ਪਏਗਾ ਬਹੁਤ ਕੁਝ ਜਦੋਂ ਤੁਸੀਂ ਉਹ ਜਿਉਂਦੇ ਹੁੰਦੇ ਹੋ ਬੱਚੇ ਤੁਹਾਨੂੰ ਆਬਜ਼ਰਵ ਕਰਕੇ ਉਹਵੇਂ ਦੀਆਂ ਚੀਜ਼ਾਂ ਨੂੰ ਆਪ ਹੀ ਗੇਨ ਕਰਦੇ ਹੁੰਦੇ ਨੇ ਕਰ ਲੈਂਦੇ ਹੁੰਦੇ ਨੇ ਜੀ ਬਿਲਕੁਲ ਸਹੀ ਹੈ ਤਾਂ ਇਸ ਕਰਕੇ ਅਸੀਂ ਜੋ ਦੇਣਾ ਚਾਹੁੰਦੇ ਆ ਸਾਡੀ ਨਵੀਂ ਜਨਰੇਸ਼ਨ ਨੂੰ ਉਹਦੇ ਵਾਸਤੇ ਪਹਿਲਾਂ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਹੈ ਇਹ ਇਹ ਤਿਆਰੀ ਇਥੋਂ ਦੀ ਹੈ ਜੋੜੇ ਦੀ ਜਦੋਂ ਉਹਦਾ ਆਪਣਾ ਜੀਵਨ ਹੈ ਬੱਚੇ ਦੀ ਆਮਦ ਤੋਂ ਪਹਿਲਾਂ ਹੀ ਫਿਰ ਜਦੋਂ ਉਹਦਾ ਉਹ ਇਸ ਸੰਸਾਰ ਦੇ ਵਿੱਚ ਆਉਂਦਾ ਉਹਦਾ ਜਿਹੜਾ ਮਾਹੌਲ ਹੈ ਸਾਨੂੰ ਉਹਨਾਂ ਪੋਜੀਟਿਵ ਇਹ ਨਾਟਕੀ ਨਹੀਂ ਹੈਗਾ ਜੀ ਇਹਨੂੰ ਐਵੇਂ ਨਾਟਕੀ ਨਹੀਂ ਲੈਣਾ ਵੀ ਅਸੀਂ ਬੱਚੇ ਦੇ ਸਾਹਮਣੇ ਦੇ ਬੜੇ ਸ਼ਰੀਫ ਬੜੇ ਚੰਗੇ ਹੈਨਾ ਤੇ ਉਸ ਤੋਂ ਬਾਅਦ ਅਸੀਂ ਫਿਰ ਉਹ ਵੰਦੇ ਆਪਣੀ ਦੁਨੀਆ 'ਚ ਚਲੇ ਗਏ ਜਾਂ ਜਦੋਂ ਅਸੀਂ ਕੋਈ ਗਲਤ ਕੰਮ ਵਾਸਤੇ ਜਾਂ ਵਾਸਨਾਵਾਂ ਭੋਗਣ ਵਾਸਤੇ ਜਾਣਾ ਉਹਦੇ ਬੱਚੇ ਆਪਾਂ ਚੱਕੇ ਵੀ ਚਲੋ ਰਿਸ਼ੀ ਸਰ ਤੁਸੀਂ ਬੱਚੇ 2 ਘੰਟੇ ਸਾਡੇ ਸਾਹਮਣੇ ਹੋ ਤੇ ਅਸੀਂ ਮੜਾ ਜਾ ਫੰਡ ਕਰਾਇਆ ਹੈ ਨਾ ਤਾਂ ਉਹ ਬੱਚਿਆਂ ਨੂੰ ਜਦੋਂ ਛੱਡਿਆ ਬੱਚਿਆਂ ਨੂੰ ਤੇ ਇਸ ਕੰਸਰਨ ਦਾ ਪਤਾ ਹੀ ਨਾ ਵੀ ਤੁਸੀਂ ਕਿਧਰ ਨੂੰ ਚਲੇ ਗਏ ਯੈਸ ਤਾਂ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਸਾਰੇ ਧਿਆਨ ਚ ਰੱਖੀਏ ਥੋੜਾ ਥੋੜਾ ਵੀ ਬੱਚਿਆਂ ਨੂੰ ਤੁਸੀਂ ਹਰ ਪਾਸੇ ਟਾਈਮ ਦਿਓ ਜਿੰਨਾ ਉਹ ਜਿੰਨਾ ਅਸੀਂ ਦੇ ਸਕਦੇ ਹਾਂ ਪਰ ਉਹਨਾਂ ਨੂੰ ਅਧਿਆਤਮਿਕਤਾ ਨਾਲੋਂ ਕਦੀ ਵੀ ਤੋੜਨ ਦੀ ਕੋਸ਼ਿਸ਼ ਟਿਕਰਨੀ ਅਸੀਂ ਬਹੁਤ ਵਾਰੀ ਕਹਿੰਦੇ ਹੁੰਨੇ ਆ ਵੀ ਇਹਨਾਂ ਨੂੰ ਸਮਝ ਨਹੀਂ ਆਉਂਦਾ ਜੇ ਨਹੀਂ ਹੁੰਦਾ ਮੈਮ ਇਹਦਾ ਇੱਕੋ ਹੀ ਜਵਾਬ ਹੈ ਜੀ ਮੇਰੇ ਕੋਲ ਜੀ ਜੇ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾਂ ਆਪਣੇ ਗੁਰੂਆਂ ਨੂੰ ਮੰਨਦੇ ਆ ਵੀ ਉਹ ਤ੍ਰੈ ਲੋਕ ਦਰਸ਼ੀ ਸਨ ਜੀ ਤ੍ਰੈ ਲੋਕ ਦਰਸ਼ੀ ਦਾ ਮਤਲਬ ਹੁੰਦਾ ਵੀ ਜਿਹੜੇ ਪਿਛਾ ਵੀ ਦੇਖ ਸਕਦੇ ਨੇ ਵਰਤਮਾਨ ਵੀ ਫਿਊਚਰ ਵੀ ਜੀ ਜੇ ਤੁਸੀਂ ਮੰਨਦੇ ਹੋ ਜੇ ਤੁਹਾਡਾ ਯਕੀਨ ਹੈ ਤੇ ਉਹਨਾਂ ਨੂੰ ਇਨ ਫਿਊਚਰ ਪਤਾ ਨਹੀਂ ਸੀ ਵੀ ਇਹਨਾਂ ਨੂੰ ਪੰਜਾਬੀ ਵਾਲੀ ਦੀ ਗੱਲ ਸਮਝ ਆਉਣੀ ਹੈ ਨਹੀਂ ਬਈ। ਬਿਲਕੁਲ ਠੀਕ ਹੈ ਜੀ। ਹਣਾ? ਵੀ ਇਹ ਗੁਰਬਾਣੀ ਤੇ ਮੈਂ ਗੁਰਮੁਖੀ ਚ ਲਿਖ ਚੜੇ ਅੱਖਰਾਂ ਚ ਦਸਮ ਪਾਤਸ਼ਾਹ ਜੀ ਦੀ ਹਜ਼ੂਰੀ ਚ ਪੰਚਮ ਪਾਤਸ਼ਾਹ ਜੀ ਦੀ ਹਜ਼ੂਰੀ ਚ ਉਹਨਾਂ ਨੂੰ ਫਿਰ ਉਹ ਤ੍ਰੈ ਲੋਕਦਰਸ਼ੀ ਕਿੱਥੋਂ ਹੋਗੇ ਜੇ ਉਹਨਾਂ ਨੂੰ ਇੰਨਾ ਹੀ ਨਹੀਂ ਸੀ ਕੰਸਰਨ ਵੀ ਅੱਜ ਤੋਂ 100 ਜਾਂ 20 ਸਾਲ 50 ਸਾਲ ਬਾਅਦ ਵੀ ਲੋਕਾਂ ਨੂੰ ਤੇ ਉਹਨਾਂ ਨੇ ਤੇ ਇਹਦੇ ਨਾਲ ਸਮਝ ਹੀ ਨਹੀਂ ਆਣੀ ਆਉਣੀ। ਤਾਂ ਇਹਦਾ ਮਤਲਬ ਇਹ ਹੈ ਵੀ ਇਹ ਸਾਡਾ ਸਿਰਫ ਐਕਸਕਿਊਜ਼ ਅਸੀਂ ਆਪਣਾ ਬਣਾਇਆ ਹੋਇਆ ਹੈ। ਹਰ ਭਾਸ਼ ਹਰ ਜਿਹੜਾ ਆਕੀਦਾ ਹੈ ਹਰ ਸੱਭਿਆਚਾਰ ਜਿਹੜਾ ਹੈ ਹਰ ਕੌਮ ਲਈ ਬਹੁਤ ਕੀਮਤੀ ਹੁੰਦਾ ਜੀ ਬਿਲਕੁਲ ਜੀ ਬਹੁਤ ਉੱਚਾ ਤੇ ਸੁੱਚਾ ਹੁੰਦਾ ਹੈ ਔਰ ਸਾਨੂੰ ਉਹਦੀ ਉਹਨੂੰ ਉਵੇਂ ਹੀ ਉਚਾਈ ਤੇ ਸਚਾਈ ਦੇ ਨਾਲ ਹੀ ਫੋਲੋ ਕਰਨਾ ਪਏਗਾ ਜਦੋਂ ਅਸੀਂ ਕਰਾਂਗੇ ਕੁਦਰਤੀ ਤੌਰ ਤੇ ਸਾਡੇ ਜਿਹੜੀ ਨਵੀਂ ਜਨਰੇਸ਼ਨਾਂ ਉਹਨੂੰ ਫੋਲੋ ਕਰੇਗੀ ਔਰ ਇਸ ਸਮਾਜ ਦਾ ਅਸੀਂ ਸੰਸਾਰ ਦਾ ਔਰ ਆਪਣੇ ਪਰਿਵਾਰ ਦਾ ਇੱਕ ਪੋਜ਼ਿਟਿਵ ਮਾਹੌਲ ਬਣਾ ਸਕਾਂਗੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਲਈ ਤੁਸੀਂ ਆਏ ਗੱਲ ਕੀਤੀ ਬਹੁਤ ਇੰਪੋਰਟੈਂਟ ਗੱਲ ਸੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਜੀ ਸਾਥ ਤੁਹਾਡੀ ਟੀਮ ਦਾ ਵੀ ਰੈਡ ਐਫ ਐਮ ਦਾ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ